ਕਰਾਂ ਦੀ ਵੀ ਬਸ ਨਹੀਂ 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 ਉਹ ਹਾਰਦਾ ਹਲੇ ਤਾਂ। ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ, ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਫਾਰਮਿੰਗ ਸਿਮੂਲੇਟਰ ਦੀ ਵੀਡੀਓ ਦੇ ਵਿੱਚ। ਪਿਛਲੀ ਵੀਡੀਓ ਤੁਸੀਂ ਦੇਖਿਆ ਮਿੱਤਰੋ, ਆਹ ਆਪਣੀ ਕੰਬਾਈਨ ਚੱਲਦੀ ਸੀ 963 ਵਾਲੀ ਸਟੈਂਡਰਡ, ਪਰ ਇਹਦੇ ਨਾਲ ਮਿੱਤਰੋ ਕੰਮ ਨਿਬੜਨਾ ਨਹੀਂ ਪਿਆ ਕਿਉਂਕਿ ਕਟਰ ਛੋਟਾ ਅਤੇ ਚੱਲਦੀ ਹੌਲੀ ਆ। ਇਹ ਵੀ ਆਪਣੀ ਚੱਲੀ ਜਾਣੀ ਨਾਲ ਨਾਲ, ਅੱਜ ਕਹਿੰਦੇ ਦਿਨ ਦੂਜਾ ਹੋ ਗਿਆ ਅਤੇ ਅੱਜ ਵੀ ਆਪਾਂ ਕਣਕ ਹੀ ਵੱਢਣੀ ਆ। ਆਲੀ ਦੇਖੋ ਮਿੱਤਰੋ, ਆਪਾਂ ਇੱਥੋਂ ਵੱਢ ਕੇ ਸਿਆ ਲੀਆਂ ਲੂਹਾਂ ਇੰਨੀ ਪਾਈਆਂ ਕਿਉਂਕਿ ਸਲਿੱਪ ਵਾਲੇ ਕੱਢਦੀ ਹੈ, ਤਾਂ ਕਰਕੇ ਫਿਰ ਤੂੜੀ ਵਾਲਾ ਕੰਮ ਖਰਾਬ ਹੋਊਗਾ ਨਾ। ਸੋ ਆਪਾਂ ਤੂੜੀ ਵੀ ਬਣਾਉਣੀ ਆ, ਪਰਾਲੀ ਬਚੂਗੀ ਤਾਂ ਥੱਲੇ ਤਾਂ ਜਾਂ ਪਰਾਲੀ 'ਤੇ ਤਾਂ ਸਲਿੱਪ ਵੱਜ ਜਾਂਦੇ, ਤੂੜੀ ਕਾਹਦੀ ਬਣਾਵਾਂਗੇ ਫਿਰ, ਹੈ ਕਿ ਨਹੀਂ। ਸੋ ਤਾਂ ਕਰਕੇ ਅੱਜ ਆਪਾਂ ਮਿੱਤਰੋ ਮਸ਼ੀਨ ਦੂਜੀ ਵੀ ਯੂਜ਼ ਕਰਾਂਗੇ। ਕਹਿੰਦੇ ਕਿੱਥੇ ਹੈ, ਨਾਲੇ ਇੱਕ ਆਪਣੇ ਵਾਹਣ ਦੇ ਵਿੱਚ ਮਿੱਤਰੋ ਪਾਣੀ ਜਿਹਾ ਟੁੱਟ ਗਿਆ ਸੀਗਾ ਅਤੇ ਉੱਥੇ ਗਾਰਾ ਜਿਹਾ ਬਣਿਆ ਪਿਆ ਵਾ, ਉਹ ਗਿੱਲਾ ਵਾਹਣ ਆ ਅਤੇ ਉੱਥੇ ਆਪਣੀ ਚੱਲੂਗੀ ਆਲੀ ਮਸ਼ੀਨ। ਬਾਈ ਚੈੱਕ ਕਰੋ ਮਿੱਤਰੋ, ਨਿਊ ਹੋਲੈਂਡ ਦੀ CR 1090, ਠੀਕ ਆ, 10.90, ਮੈਨੂੰ ਪਤਾ ਨਹੀਂ ਬਾਕੀ ਵੀ ਪੂਰਾ ਨਾਂ ਕੀ ਆ ਮਿੱਤਰੋ ਇਹਦਾ, ਅਤੇ ਬਾਈ ਸਿਰਾ ਹੀ ਆ ਬਸ ਇਹਦੇ। 18 ਦੇ ਟਾਇਰ, ਮੈਂ ਕਹਿੰਦਾ ਡਬਲ 18 ਦੇ ਕਿਉਂ ਆ ਬਾਈ, ਰੇਡੀਅਲ ਟਾਇਰ ਆ, 710 70 R42 ਮਿੱਤਰੋ। ਜਿਹੜੇ ਆ ਟਾਇਰ ਹੁਣ ਮੁੰਡੇ ਪਾਉਂਦੇ ਨਾ 600 ਨੰਬਰ, ਉਹਨਾਂ ਨਾਲੋਂ ਵੀ ਵੱਡੇ ਟਾਇਰ ਆ ਅਤੇ 4 ਆ ਅਤੇ 4x4 ਮਸ਼ੀਨ ਆ ਮਿੱਤਰੋ। ਆਹ ਬੰਦ ਹੋ ਜੇ ਬਸ ਸਿਸਟਮ, ਇਹ ਆਪਾਂ ਜ਼ਰੂਰ ਚੈੱਕ ਕਰਨਾ, ਨਹੀਂ ਆਪਣੀ ਤੂੜੀ ਤਾੜੀ ਨਹੀਂ ਬੰਨੀ, ਅਤੇ ਕਟਰ ਚੈੱਕ ਕਰੋ ਮਿੱਤਰੋ ਕਿੰਨਾ ਡਬਲ ਆ। ਸੋ ਇਹ ਵਾਲੀ ਮਸ਼ੀਨ ਚੱਲੂਗੀ ਇੱਕ ਅੱਜ ਆਪਣੀ, ਅਤੇ ਇੱਕ ਆਹ ਚੱਲੂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਡਾਇਨਾਸੌਰ ਚਲਾਇਆ ਸੀ ਇੱਕ ਤਾਂ, ਠੀਕ ਹੈ, 855, ਅਤੇ ਅੱਜ ਆਪਾਂ ਚਲਾਵਾਂਗੇ 6611। ਆਏ ਹਾਏ, ਇਹਦੇ ਮਗਰ ਇੱਕ ਟਰਾਲੀ ਪਾਉਣੀ ਅਤੇ ਇੱਕ ਟਰਾਲੀ ਪਾਉਣੀ ਆ ਮਿੱਤਰੋ 3630। ਮਗਰ ਅੱਜ ਪਤਾ ਲੱਗੂ ਦੋਨਾਂ ਦੇ ਜ਼ੋਰ ਦਾ, ਮੈਂ ਕਹਿੰਦਾ ਬਈ ਸਵਾਦ ਬਹੁਤ ਆਉਣਾ, ਅਤੇ ਜਿਹੜਾ ਖੁੱਬਿਆ ਜਿਹਾ ਵਾਹਣ ਆ ਉਹਦੇ ਤਾਂ ਆਪਾਂ ਇਹਨੂੰ ਹੀ ਵਾੜਾਂਗੇ 611 ਝੋਟਾ, ਫਿਰ ਤੁਹਾਨੂੰ ਪਤਾ ਹੀ ਆ ਮਿੱਤਰੋ। ਅਤੇ ਕਰੀਏ ਸਟਾਰਟ, ਪਹਿਲਾਂ ਕਰੀਏ ਹੋਲਿੰਡ ਸਟਾਰਟ, ਮਾਰ ਗਏ ਦੀ ਸੈਲਫ ਸੂਲਫ। ਆਏ ਹਾਏ ਕੀ ਆਵਾਜ਼ ਆ ਮਿੱਤਰੋ। ਬਾਕੀ ਮਿੱਤਰੋ ਲੁੱਕ ਲੱਕ ਚੈੱਕ ਕਰੋ, ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਕਿਵੇਂ ਲੱਗਦਾ। ਅਤੇ ਮੈਂ ਕਹਿੰਦਾ ਨੀਲੇ ਟਰੈਕਟਰ ਦੇ ਮਗਰ ਟਰਾਲੀ ਵੀ ਨੀਲੀ ਪਾ ਦੇ ਗਏ, ਲੰਮੀ ਪਾ ਦੇ ਗਏ ਟਰਾਲੀ, ਆਏ ਤਾਂ ਫਿਰ ਝੋਟਾ ਟਰੈਕਟਰ ਆਇਆ, ਇਹ ਕਿਹੜਾ ਦਬਦਾ ਹੈ। ਇਹਦੇ ਮਗਰ ਵੀ ਫਿਰ ਟਰਾਲੀ ਲੰਮੀ ਹੋਈ ਚਾਹੀਦੀ ਹੈ। ਇਹ ਮਾੜਾ ਸੈੱਟ ਕਰਕੇ, ਮਾੜਾ ਸੈੱਟ ਕਰਕੇ ਲੈ ਕੇ, ਹੁੱਕ ਵੀ ਪੂਰੀ ਡਬਲ ਲਾਈ ਵੀ ਆ ਮਿੱਤਰੋ, ਸਪੈਸ਼ਲ ਟਰਾਲੇ ਵਾਲੀ ਹੁੱਕ ਹੈ। ਅਤੇ ਆਹ ਚੱਕੋ ਕੰਮ ਲਾ ਤਾ, ਪੈਪਾ ਪੂਪਾ ਵੀ ਆਪਾਂ ਕਹਿੰਦੇ ਹਾਓਲੈਂਡ ਝੋਟਾ ਮੋਸਟਰ ਟਾਇਰ ਪਾਏ ਵੇ ਆ ਮਿੱਤਰੋ, ਮੂਹਰੇ ਲੱਗਾ ਨਿਸ਼ਾਨ ਸਾਹਿਬ, ਕਿਆ ਹੀ ਬਾਤ ਲੱਗਦਾ, ਸਿਰਾ ਲੱਗਦਾ ਪਿਆ, ਬੂਫਰ ਬਾਫਰ ਲੱਗਿਆ ਨਾਲੇ ਗਾਣਾ ਗੁਣਾ ਸੁਣਦਾ ਰਹਾਂਗੇ, ਹੈ ਕਿ ਨਹੀਂ। ਅਤੇ 911 ਵੀ ਕਰਦੇ ਹਾਂ ਸਟਾਰਟ, 911 ਨੂੰ ਵੀ ਕੱਢਦੇ ਹਾਂ ਬਾਹਰ, ਇਹਨੂੰ ਰੱਖਾਂਗੇ ਆਪਾਂ ਹੋਲੈਂਡ ਨੂੰ ਹੋਲੈਂਡ ਵਾਲੀ ਮਸ਼ੀਨ ਦੇ ਨਾਲ, ਅਤੇ ਨਹੀਂ ਹੋਲੈਂਡ ਵਾਲੀ ਮਸ਼ੀਨ ਉੱਧਰ ਚਲਾਉਣੀ ਆ, ਉਹਦੇ ਨਾਲ ਆਪਾਂ ਚਲਾਉਣਾ 911 ਤੋਂ, 911 ਚਲਾਉਣ ਦਾ ਨਜ਼ਾਰਾ ਆਊਗਾ, ਹੈ ਕਿ ਨਹੀਂ। ਇਹਨੂੰ ਆਪਾਂ ਭੇਜਦੇ ਹਾਂ ਸਟੈਂਡਰਡ ਦੇ ਨਾਲ ਆਪਣੇ ਪਰਲੇ ਵਾਹਣਾਂ ਦੇ ਵਿੱਚ। ਲਓ ਵੀ ਮਿੱਤਰੋ ਫਿਰ 911 ਦੀ ਵੀ ਸੈਲਫ ਮਾਰ ਹੀ ਲਈਏ। ਆਏ ਹਾਏ 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 ਹਾਏ, ਇਹਦਾ ਵੀ ਫਰਾਟਾ ਕਹਿੰਦੇ ਵੱਖਰਾ ਹੀ ਹੈ, ਇਹਦਾ ਵੀ ਵੱਖਰਾ ਹੀ ਆ ਫਰਾਟਾ। ਇਹਦੇ ਵੀ ਟਰਬੋ ਟੁਰਬੋ ਮਾੜੀ ਜਿਹੀ ਲਾਈ ਵੀ ਆ, ਨਿੱਕੀ ਜੀ, ਬਾਹਲੀ ਨਹੀਂ, ਥੋੜ੍ਹਾ ਹੀ ਫਰਕ ਪਾਇਆ ਇੰਜਨ ਨੂੰ, ਅਤੇ 80 HP ਜਿਹੜਾ ਇਹਦਾ ਵੱਡੇ ਪੈਸਟਨ ਹੁੰਦਾ ਵਾ, ਠੀਕ ਹੈ, ਉਹ ਵਾਲਾ ਮੋਡੀਫਾਈ ਹੈ। ਪਾਈਏ ਮੈਂ ਕਹਿੰਦਾ, ਕਰੀਏ ਪੈਪਾਂ ਪੂਪਾਂ ਲਾ ਦੇਈਏ ਇਹਦੀਆਂ ਤੇਲ ਵਾਲੀਆਂ, ਜੈੱਕ ਜੁੱਕ ਚੱਕਣਾ ਹੁੰਦਾ। ਅਤੇ ਜਿਹੜੀ ਕਣਕ ਮਿੱਤਰੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੱਢੀ ਸੀਗੀ, ਉਹ ਸਾਰੀ ਇੱਧਰ ਸਟੋਰ ਕਰਤੀ, ਅਤੇ ਆਹ ਆਪਾਂ ਨਵੀਂ ਟਰਾਲੀ ਲੈ ਲਈ ਇੱਕ ਬਾਈ ਰੂਬੀ, ਇਹਦੇ 'ਚ ਮਤਲਬ ਸਮਝ ਲਓ ਕਿ ਇਹਦੇ ਨਾਲ ਦੀਆਂ 5 ਟਰਾਲੀਆਂ ਪੈ ਜਾਂਦੀਆਂ ਆਹ ਟਰਾਲੀ 'ਚ, ਵੇਖਣ ਨੂੰ ਛੋਟੀ ਲੱਗਦੀ ਆ ਪਰ ਇਹ 'ਚ ਪੈ ਜਾਂਦੀਆਂ। ਅਤੇ ਆਹ ਬਾਈ ਟਰੈਕਟਰ ਵੀ ਝੋਟਾ ਹੀ ਆ ਮਿੱਤਰੋ, ਮੈਂ ਕਹਿੰਦਾ ਬਾਈ ਸਲਾ ਟਰਾਲੀਆਂ ਆ ਜਾਈਆਂ, 3 ਖਿੱਚ ਕੇ ਲੈ ਜੂ ਇਕੱਲਾ ਹੀ। ਆਏ ਹਾਏ 5 11 ਵਾਲਾ, ਅੱਜ ਤਾਂ 9 11 ਬੁੱਕੂ ਮਿੱਤਰੋ, ਇਹਨੂੰ ਕਰੀਏ ਖੇਤ ਦੇ ਨੇੜੇ ਬਾਈ। ਮੈਂ ਕਹਿੰਦਾ ਸਿਰਾ ਸਵਾਦ ਆਉਣਾ ਮਿੱਤਰੋ ਅੱਜ ਤਾਂ ਨਾ, ਅੱਜ ਤਾਂ ਨਜ਼ਾਰੇ ਆ ਬਾਈ, ਅੱਜ ਟਰੈਕਟਰ ਪੂਰੇ ਧਾਕੜਾ। ਪਿਛਲੇ 'ਚ ਫਿਰ ਸਵਰਾਜ ਹੀ ਵਰਤ ਰਹੀ ਸੀ, ਸੋਨਾ ਲੀਕਾ ਦੀ ਬਹੁਤ ਡਿਮਾਂਡ ਹੁੰਦੀ ਆ ਬਹੁਤ। ਬਾਈ ਨਾ ਮੇਰੇ ਕੋਲ ਨਾ ਸੋਨਾ ਲੀਕਾ ਜਿਹੜਾ, ਉਹ ਤੁਸੀਂ ਦੇਖ ਕੇ ਕਹੋਗੇ ਹੈਪੀ ਸਵਾਦ ਨਹੀਂ ਆਇਆ, ਫਿਰ ਮੈਂ ਤੁਹਾਨੂੰ ਕਹਿੰਦਾ ਕਿ ਸਵਾਦ ਉਹ ਆ, ਵੇਟ ਚੱਕਿਆ ਹੀ ਨਹੀਂ ਮੈਂ। ਚਲੋ ਕੋਈ ਨਾ, 911 ਦੇ ਪਾ ਦਈਏ ਵੇਟ ਹੋਏ, ਨਹੀਂ 911 ਦੇ ਕਿੱਥੇ ਪਾਵਾਂਗੇ ਯਾਰ, ਬੰਪਰ ਲੱਗਾ ਵਾ, 911 ਦੇ ਨਹੀਂ ਪਾਉਣੇ ਆਪਾਂ। ਮਿੱਤਰੋ ਜਿਹੜਾ ਆਹ ਵਾਹਣ ਆ ਨਾ ਆਪਣਾ ਜੀ, ਚਾਲੂ ਵਾਲੀ ਆਪਾਂ ਸਾਈਲੋ ਲਾਈ ਸੀਗੀ ਬਾਈ, ਆਹ ਵਾਹਣ ਦੇ ਵਿੱਚ ਟੁੱਟਿਆ ਵਾ, ਠੀਕ ਆ, ਪਾਣੀ ਆਹ ਦੇਖੋ ਖਾਲਾ, ਤੁਹਾਨੂੰ ਦਿਖਾਉਂਦਾ ਖਾਲਾ ਜਿਵੇਂ ਉਵੇਂ ਟੁੱਟਿਆ ਟੱਟਿਆ ਪਿਆ ਵਾ, ਅਤੇ ਹੁਣ ਤਾਂ ਥੋੜ੍ਹਾ ਜਿਹਾ ਮੈਂ ਕਰਤਾ ਹੀ ਲੋਟ, ਰਾਤ ਨੂੰ ਪਾਣੀ ਪੂਣੀ ਬਾਹਲਾ ਆ ਗਿਆ, ਇੱਥੋਂ ਟੱਪ ਗਿਆ ਪਾਣੀ ਮਿੱਤਰੋ ਇੱਧਰ, ਅਤੇ ਤਾਂ ਕਰਕੇ ਥੋੜ੍ਹਾ ਜਿਹਾ ਕੰਮ ਖਰਾਬ ਹੋ ਗਿਆ, ਇੱਧਰ ਗਾਰਾ ਬਣਿਆ ਵਾ ਦੇਖੋ, ਇੱਥੇ ਫਰਸ਼ ਲਾਈ ਸੀਗੀ ਆਪਾਂ, ਅਤੇ ਹੁਣ ਲਿਆਉਂਦੇ ਹਾਂ ਵੱਡੀ ਕੰਬਾਈਨ,
ਤੇ ਮਿੰਟੋ ਮਿੰਟ ਹੀ ਕੰਮ ਕਰ ਦੇ ਗਏ ਸ਼ੁਰੂ ਯਾਰ। ਅੱਜ ਮਿੱਤਰੋ ਆਪਣਾ ਡਰਾਈਵਰ ਵੀ ਆਇਆ ਵਾ, ਕੋਚੂ ਕੋਚੂ ਤੇ ਨਾਲ ਕੋਚੂ ਦਾ ਕੋਚੂ ਦਾ ਕੌਣ, ਕੋਚੂ ਦਾ ਪਾਪਾ। ਉਹ ਤੇਰੀ ਮਸ਼ੀਨ ਘੁੰਮ ਗਈ ਮਿੱਤਰੋ, ਪਹਿਲਾਂ ਮੈਂ ਕਿਹਾ ਆਹ ਮਸ਼ੀਨ ਚਲਾ ਦੇਗੇ, ਇਹ ਹੌਲੀ ਹੌਲੀ ਵੱਢੂਗੀ, ਉਹ ਫਿਰ ਵੱਡੀ ਮਸ਼ੀਨ ਲੈ ਕੇ ਜਾਵਾਂਗੇ, ਉਹਦਾ ਕਟਰ ਕੁਟਰ ਵੀ ਪਾਉਣਾ, ਹਜੇ ਟਾਈਮ ਲੱਗ ਜੂਗਾ, ਟਾਈਮ ਨਾ ਵੇਸਟ ਕਰੀਏ। ਮੈਂ ਕਿਹਾ ਦੋਨੇ ਮਸ਼ੀਨਾਂ ਚਾਲੂ ਕਰ ਦੇਗੇ। ਲਓ ਵੀ ਮਿੱਤਰੋ, ਕੋਚੂ ਦਾ ਚਾਚੇ ਦਾ ਮੁੰਡਾ ਪਾਪਾ ਮੇਰੇ ਸਾਨੂੰ ਨਹੀਂ ਆਏ, ਪਤਾ ਨਹੀਂ ਬਾਈ ਕਿਹੜਾ ਬਾਈ ਕੌਣ ਕੀ ਆ, ਅਤੇ ਇਹਨੂੰ ਬਿਠਾ ਦਾ ਅਤੇ ਹੁਣ ਆਪਾਂ ਹੋਲੈਂਡ ਖੜਾ ਰਹਿੰਦੇ, ਹਜੇ ਤਾਂ ਟਾਈਮ ਲਾਊਗਾ, ਐਡੀ ਛੇਤੀ ਹਾਰ ਨਹੀਂ ਮਾਰਦਾ ਇਹ, ਮੈਨੂੰ ਪਤਾ। ਇਹ ਵਾਲਾ ਵਾਹਣ ਥੋੜ੍ਹਾ ਜਿਹਾ ਆਪਣਾ ਹਲਕਾ ਵੀ ਆ, ਇਹ 'ਚੋਂ ਥੋੜ੍ਹੀ ਕਣਕ ਨਾ ਘੱਟ ਨਿਕਲੂ, ਮੈਨੂੰ ਲੱਗਦਾ ਛਿੱਟੇ ਜਿਹੇ ਨਾ ਛੋਟੇ ਛੋਟੇ ਸੀ, ਵੀ ਹੋਰ ਸੀ ਨਾ। ਲਓ ਵੀ ਮਿੱਤਰੋ ਹੁਣ ਮਾਰ ਗਏ ਸੈਲਫ ਇਹਦੀ ਬਾਈ, ਓਏ ਮਸ਼ੀਨ ਬਾਈ ਚੈੱਕ ਕਰੋ ਬਾਈ, ਓਏ ਬਾਈ ਦੇਖੋ ਆਰ ਪੀ ਐੱਮ ਸਾਰਾ ਕੁਛ ਹੈ ਡਿਸਪਲੇਆਂ ਦੇ ਉੱਤੇ, ਰੂਟਰ ਸਪੀਡ ਆਰ ਪੀ ਐੱਮ, ਮੈਂ ਕਹਿੰਦਾ ਸਿਰਾ ਸਿਰਾ ਚੀਜ਼ ਆ ਬਾਈ, ਸਿਰਾ ਜਮਾਂ ਜਿਹੜਾ ਕਹਿੰਦੇ ਨਾ ਕਿ ਸੋਨਾ ਸੋਨਾ ਵੀ ਕਾਹਤੋਂ ਯਾਰ, ਇਹਦਾ ਹੀਰਾ ਹੀ ਕਹੋ, ਹੀਰਾ ਹੀ ਆ ਬਾਈ ਮਸ਼ੀਨਾਂ ਦੇ ਵਿੱਚੋਂ ਤਾਂ, ਮਤਲਬ ਕਿਆ ਹੀ ਬਾਤ। ਜੌਂਡੀਅਰ ਦੀਆਂ ਵੀ ਆਉਂਦੀਆਂ, ਜੌਂਡੀਅਰ ਦੀਆਂ ਵੀ ਘੈਂਟ ਆ, ਪਰ ਆ ਹੋਲੈਂਡ ਵਾਲੀ ਤਾਂ ਮੈਂ ਕਹਿੰਦਾ ਗੱਲ ਹੀ ਵੱਖਰੀ ਹੈ ਨਾ, ਕਟਰ ਵੇਖੋ ਕਿੰਨਾ ਡਬਲਾ, ਮੈਂ ਕਹਿੰਦਾ ਮੈਂਟੋ ਮੈਂਟੀ ਬਸ ਇਹ ਖੁੱਭਣਾ ਜਾਵੇ, ਕਿਉਂਕਿ ਵਾਹਣ ਉਹ ਬੜਾ ਖਰਾਬ ਆ, ਟਰੈਕਟਰ ਤਾਂ ਉੱਥੇ ਖੁੱਭੂ, ਇਹਨਾਂ ਦਾ ਮੈਂ ਗਰੰਟੀ ਦਿੰਦਾ ਟਰੈਕਟਰ ਖੁੱਭੂਗਾ ਅਤੇ ਟਰੈਕਟਰ ਕੱਢਣਾ ਵੀ ਬਹੁਤ ਔਖਾ ਹੋਊਗਾ ਬਾਅਦ 'ਚੋਂ, ਪਰ ਕੋਈ ਚੱਕਰ ਨਹੀਂ ਚਾਚਾ ਜੀ, ਦਬਣਾ ਨਹੀਂ। ਇਹ ਆਹ ਦੇਖੋ ਮਤਲਬ ਖਾਲੇ ਖੁਲੇ ਜੇ ਤਾਂ ਊਂ ਹੀ ਟੱਪ ਜਾਂਦੀ ਆ ਇਹ, ਖਾਲਿਆਂ ਖੁਲਿਆਂ ਨੂੰ ਤਾਂ ਗੋਲਦੀ ਨਹੀਂ ਗੀ, ਥੋੜ੍ਹਾ ਜਿਹਾ ਨਾ ਇਹਨੂੰ ਆਪਾਂ ਹਿਸਾਬ ਨਾਲ ਲਾਉਣਾ ਪੈਣਾ, ਇਹ ਕਿਸ ਹਿਸਾਬ ਦੇ ਨਾਲ ਕਢਾਈਏ ਇਹਨੂੰ, ਇੱਦਾਂ ਕਟਰ ਕਟਰ ਵੀ ਹਿਸਾਬ ਕਿਤਾਬ ਜੇ ਨਾਲ ਲੱਗੂਗਾ ਨਾ। ਲਓ ਵੀ ਮਿੱਤਰੋ ਟੈਰ ਟੂਰ ਜੇ ਕਰ ਦਈਏ ਫੋਲਡ, ਅਤੇ ਕਰਾਸ ਜਿਹਾ ਲਾ ਦਈਏ ਯਾਰ, ਇੱਥੇ ਕਰਾਸ ਜਿਹਾ ਲੱਗਣਾ ਹੁੰਦਾ, ਉਹ ਲੱਗ ਜਾ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਕਰਾਸ ਲੱਗ ਗਿਆ ਮਿੱਤਰੋ, ਅਤੇ ਥੋੜ੍ਹੀ ਮਸ਼ੀਨ ਆਪਾਂ ਨੂੰ ਕਣਕ ਦੇ ਵਿੱਚ ਤਾਰਨੀ ਪਈ ਥੋੜ੍ਹੀ ਜਿਹੀ ਹੋਰ, ਚਲੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ, ਹੁਣ ਮਾਰ ਗਏ ਮਾੜੀ ਸੈਲਫ ਇਹਦੀ। ਇਹ ਬੱਲੇ 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 ਚੱਲ ਪਈ ਮਸ਼ੀਨ, ਕਹਿੰਦੇ ਮਿੱਤਰੋ ਕਿਆ ਬਾਤ ਹੈ ਮਾੜੇ ਵਿੱਚੋਂ, ਆਏ ਹਾਏ 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 ਆਉਂਦੇ ਨਾ ਆਰ ਪੀ ਐੱਮ ਊਰ ਪੀ ਐੱਮ ਲਿਖੇ 2100 ਆਰ ਪੀ ਐੱਮ 'ਤੇ ਚੱਲਦੀਆਂ ਇਹ ਬਾਈ, ਇੰਜਣ ਹੀ ਬਹੁਤ ਤਗੜਾ ਯਾਰ, ਇੰਜਣ ਹੀ ਬਹੁਤ ਤਗੜਾ, 8 ਸਿਲੰਡਰ ਇੰਜਣ, ਮੈਂ ਕਹਿੰਦਾ ਮਾੜੀ ਮੋਟੀ ਗੱਲ ਥੋੜ੍ਹੋ ਆ, ਕਿਆ ਬਾਤ ਹੈ ਬਾਈ ਕਿਆ ਬਾਤ ਹੈ, ਚੱਲ ਪਈ ਮਸ਼ੀਨ, ਅਤੇ ਇਹ 'ਤੇ ਡਰਾਈਵਰ ਲਾਈਏ ਕਿ ਨਾ, ਮੈਂ ਕਹਿੰਦਾ ਯਾਰ ਇੰਨਾ ਕੁ ਤਾਂ ਮੈਂ ਆਪ ਹੀ ਭੜਕਾ ਦੂੰਗਾ, ਇਹ ਨਹੀਂ ਥੋੜ੍ਹੀ ਜਿਹੀ ਡਰਾਈਵਰੀ ਕੱਚੀ ਆ ਮਿੱਤਰ, ਥੋੜ੍ਹੀ ਜਿਹੀ ਕੱਚੀ ਆ, ਆਉਂਦੇ ਬਾਅਦ ਹੀ ਖੰਭੇ 'ਚ ਠੋਕ ਦੇਣੀ ਸੀਗੀ, ਬਚ ਗਈ ਬਚ ਗਈ, ਬਸ ਜਾਂਦੀ ਵੇਖੋ ਮਸ਼ੀਨ, ਮੈਂ ਕਹਿੰਦਾ ਯਾਰ ਸਿਰਾ ਯਾਰ, ਇੱਕ ਵਾਰੀ 'ਚ ਬਾਈ ਕਟਰ ਜਾਂਦਾ ਤਾਂ ਹੈ, ਉਡਿਆ ਦੇਖੋ ਆਹ ਗਾਰਾ ਬਣਿਆ ਪਿਆ ਮਿੱਤਰੋ, ਵੇਖੋ ਇਹ ਗਾਰੇ ਦੇ ਵਿੱਚ ਇੱਥੇ ਟਰੈਕਟਰ ਖੁੱਭਣੇ ਆ, ਹੋਰ ਕੋਈ ਚੱਕਰ ਨਹੀਂ, ਇੱਥੇ ਖਿਲਾਰੇ ਪੈਣੇ ਆ ਮਿੱਤਰੋ ਮਿੱਤਰੋ, ਵਾਹਣ ਦੇ ਤਾਂ 2 ਗੇੜੇ ਹੀ ਆਉਣੇ ਆ, ਮੈਂ ਕਹਿੰਦਾ ਮਿੰਟੋ ਮਿੰਟੀ ਟਰਾਲੀ ਭਰ ਦੇਣੀ ਆ, ਵੇਖੋ ਕਿਵੇਂ ਗਾਰਾ ਜਿਹਾ ਹੋਇਆ ਪਿਆ, ਕਿਤੇ ਵੱਧ ਆ ਕਿਤੇ ਘੱਟ ਆ, ਕਿਤੇ ਉਵੇਂ ਹੀ ਆ, ਆਹ ਕੀ ਹਿਸਾਬ ਕਿਤਾਬ ਜਿਹਾ ਮਿੱਤਰੋ, ਪਰ ਗਾਰਾ ਕਹਿੰਦੇ ਹੋਇਆ ਪਿਆ, ਉਹ ਤੇਰੀ ਬਾਈ ਯਾਰ, ਆਹ ਡਰਾਈਵਰੀ ਫਿਰ ਤਾਂ ਹੀ ਡਰਾਈਵਰ ਬੰਦਾ ਚਾਹੀਦਾ ਹੁੰਦਾ, ਕਦੇ ਕਦੇ ਛੱਡਤਾ ਨਾ ਆਪਾਂ ਪਿੱਛੇ, ਅੱਖ ਸਾਰੇ ਪਾਸੇ ਨਹੀਂ ਜਾਂਦੀ, ਡਰਾਈਵਰ ਨੂੰ ਪਤਾ ਹੁੰਦਾ ਕਿ ਮੇਰਾ ਕੰਮ ਹੈ, ਮੈਂ ਮਤਲਬ ਕੰਮ ਦਾ ਆਪਣਾ ਵੀ ਆ, ਕੋਈ ਨਹੀਂ ਮਿੱਤਰੋ ਪੰਗਾ ਪੈ ਗਿਆ, ਪਰਲੀ ਮਸ਼ੀਨ ਫਿਰ ਖੜ ਕੇ ਉਹਨੂੰ ਘੇਰਾ ਵਲ ਕੇ ਦੇਣਾ ਪੈਣਾ, ਐਂ ਕਰਦੇ ਹਾਂ ਪਹਿਲਾਂ ਜਾ ਕੇ ਨਾ ਘੇਰਾ ਹੀ ਵਲ ਕੇ ਦਿੰਦੇ ਹਾਂ ਉਹਨੂੰ, ਬਾਕੀ ਕੰਮ ਬਾਅਦ 'ਚ ਕਰਾਂਗੇ, ਆਹ ਮਸ਼ੀਨ ਰੋਕਤੀ ਆਪਾਂ ਘੇਰਾ ਬੰਦ ਕਰਤੀ, ਆਹ ਦੇਖੋ ਪਰਾਲੀ ਵੀ ਕਿੰਨੀ ਕਿੰਨੀ ਸੜਦੀ ਬਾਈ, ਮੈਂ ਕਹਿੰਦਾ ਤੂੜੀ ਬਣਾਉਣ ਦਾ ਨਜ਼ਾਰਾ ਆਜੂਗਾ, ਕੋਈ ਚੱਕਰ ਨਹੀਂ, ਸਵਾਦ ਹੀ ਸਵਾਦ ਆਉਣੇ ਆ ਮਿੱਤਰੋ, ਨਾਈਸ ਨਾਈਸ ਨਾਈਸ, ਅਤੇ ਨਾਲੇ ਹੋਲੈਂਡ ਲਿਆਈਏ, ਨਾਲੇ ਉਹਨੂੰ ਘੇਰਾ ਵਲ ਕੇ ਦਈਏ, ਫੇਰ ਹੀ ਕਰੂਗਾ ਕੰਮ ਮਿੱਤਰੋ। ਖੜਾ ਰੀਲਾਂ ਵੇਖੀ ਜਾਂਦਾ ਜੀ ਫੋਨ 'ਤੇ ਬਾਈ ਯਾਰ, ਨਾ ਥੋਂ ਲੱਗੇ ਮੈਨੂੰ ਨਾ, ਬੜੇ ਤੰਗ ਕਰਦੇ ਆ ਡਰਾਈਵਰ, ਕੋਈ ਚਾਹੀਦਾ ਡਰਾਈਵਰ ਲਿਆਉਣਾ ਪੈਣਾ ਆਪਾਂ ਨੂੰ, ਖੜਾ ਰੀਲਾਂ ਵੇਖੀ ਜਾਵੇ, ਮੈਨੂੰ ਵੇਖ ਕੇ ਨਾਲ ਦੀ ਨਾਲ ਗੇਅਰ ਪਾਲਿਆ, ਕਹਿੰਦਾ ਕੋਹ ਨਹੀਂ ਕਹਿੰਦਾ ਬੈਲਟ ਸਲਿੱਪ ਕਰਦੀ ਸੀ, ਮੈਂ ਕਿਹਾ ਯਾਰ ਫੋਨ 'ਚ ਕਿਹੜੀ ਬੈਲਟ ਸਲਿੱਪ ਕਰਦੀ ਸੀ, ਦੇਖ ਲਓ ਮਿੱਤਰੋ, ਐਂ ਮੈਂ ਕਹਿੰਦਾ ਜਿਵੇਂ ਕੰਮ ਖਰਾਬ ਹੋਇਆ ਪਿਆ ਵਾ। ਲਓ ਵੀ ਮਿੱਤਰੋ ਅੱਜ ਪਤਾ ਲੱਗੂ ਹੋਲੈਂਡ ਦਾ ਟਰਾਲੀ ਦੇ ਜ਼ੋਰ ਦਾ, ਆਏ ਹਾਏ 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 ਕਿਆ ਬਾਤ ਹੈ। ਵੈਸੇ ਤਾਂ ਕਹਿੰਦੇ ਅਰਜਨ ਨੂੰ ਬੜਾ ਮੰਨਿਆ ਜਾਂਦਾ ਟਰਾਲੀ ਲਈ, ਹੈ ਨਾ, ਕਿਉਂਕਿ ਰੇਤੇ ਰੂਤੇ ਵਾਲੇ ਬਾਈ ਬਹੁਤ ਖੱਡੇ ਖੁੱਡੇ ਦੇ ਵਿੱਚ ਵੀ ਚਲਾਉਂਦੇ ਆ, ਉਹ ਤੇਰੀ ਆ ਮੈਡਮ ਫਿਰਦੀ ਇੱਧਰ, ਥੋੜ੍ਹਾ ਜਿਹਾ ਹੌਲੀ ਥੋੜ੍ਹਾ ਜਿਹਾ ਹੌਲੀ, ਪਰ ਹੋਲੈਂਡ ਵੀ ਮਿੱਤਰੋ ਕਿਸੇ ਟਰੈਕਟਰ ਨਾਲੋਂ ਘੱਟ ਨਹੀਂ ਯਾਰ, ਸਾਰੇ ਟਰੈਕਟਰ ਹੀ ਝੋਟੇ ਆ ਯਾਰ, ਸਾਰੇ ਟਰੈਕਟਰ ਹੀ ਝੋਟੇ ਆ।
ਮਿੱਤਰੋ ਦੇਖ ਲਓ, ਪਹਿਲਾਂ ਹਾਰਨ ਮਾਰਿਆ ਨਹੀਂ ਤਾਂ ਮੇਰੀ ਵੀ ਨਹੀਂ ਨਿਗਾਹ ਪਈ ਕਿ ਬਈ ਉੱਤੋਂ ਭਰਨ ਵਾਲੀ ਆ ਮਸ਼ੀਨ, ਅਤੇ ਹੁਣ ਹਾਰਨ ਮਾਰਤਾ ਅਤੇ ਆਹ ਦੇਖੋ ਇੱਧਰੋਂ ਕਿਵੇਂ ਛੱਡੀ ਪਈ। ਕਹਿੰਦਾ ਮੇਰੀ ਵੱਢਣੀ ਆ ਇਹ, ਆਈ ਆ, ਕਹਿੰਦਾ ਮੈਂ ਆਈ ਵੱਢਦਾ ਹੁੰਦਾ ਵਾ ਯਾਰ। ਬਾਈ ਯਾਰ ਮੈਂ ਕਹਿੰਦਾ ਨਾ ਯਾਰ ਆਹ ਏ ਆਈ ਵਾਲੇ ਕੰਪਨੀ ਤੋਂ ਜਿਹੜੇ ਡਰਾਈਵਰ ਆਏ ਆ ਨਾ, ਸਾਰੇ ਜਾਲੀ ਆ ਜਾਲੀ। ਚੱਲ ਭਰਦੇ ਹੁਣ ਟਰਾਲੀ, ਮੈਂ ਕਹਿੰਦਾ ਕਰਦੇ ਟੀ ਸੀ ਲਾ ਦੇ ਜਮਾਂ, ਅਤੇ ਟਰੈਕਟਰ ਨਾ ਇੱਥੋਂ ਬੈਕ ਹੀ ਕਰ ਲੱਗੇ ਮਿੱਤਰੋ। ਇਹ ਨਾ ਮਸ਼ੀਨ ਥੋੜ੍ਹੀ ਜਿਹੀ ਬਾਹਲੀ ਬੈਕ ਕਰਦਾ, ਗਾਂਹ ਦਰਖਤ ਲੱਗਿਆ ਕਰਕੇ ਮੈਨੂੰ ਲੱਗ ਗਿਆ ਪਤਾ ਇੱਧਰ ਗੇੜੇ ਨਾ ਵੱਖਰੇ ਲਾਉਣੇ ਪੈਣਗੇ, ਆਹ ਤਾਂ ਥੋੜ੍ਹੀ ਜਿਹੀ ਆਪਾਂ ਨੂੰ ਕਣਕ ਮਿੱਧਣੀ ਪੈ ਗਈ, ਨਹੀਂ ਮੇਰਾ ਦਿਲ ਦੁਖਦਾ ਮਿੱਤਰੋ ਇੱਦਾਂ ਦੇ ਕੰਮ ਕਰਨ ਨੂੰ। ਕਹਿੰਦੇ ਟਰਾਲੀ ਦੇ ਵਿੱਚ 3 ਕੁ ਬਕਸ ਹੀ ਪੈਣੇ ਆ ਮਿੱਤਰੋ, 3। ਓਏ 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 ਛੱਤਰੀ 'ਤੇ ਪਾ ਗਿਆ ਨਾਣੇ ਬਈ, ਸੱਚੀ ਕੂਚੂ ਡਰਾਈਵਰ ਆ ਬਾਈ, ਓਏ ਸੱਚੀ ਕੂਚੂ ਡਰਾਈਵਰ ਆ ਬਾਈ ਸੱਚੀ। ਬਾਈ ਤੁਸੀਂ ਦੇਖ ਲਿਆ ਨਾ ਮਿੱਤਰੋ ਇਹਦੇ ਲੱਛਣ ਕੀ ਹਾਲ ਆ ਬਾਈ, ਬਾਈ ਸਿਰਾ ਹੀ ਕਰਾਇਆ ਪਿਆ ਯਾਰ ਇਸ ਬੰਦੇ ਨੇ ਵੀ ਯਾਰ ਨਾ, ਕੰਨੀ ਹੱਥ ਲਵਾ ਦੇ ਮਿੱਤਰੋ, ਗਾਂਹ ਨੂੰ ਆਪ ਕੰਮ ਕਰ ਲਾਂਗੇ, ਘੱਟ ਕਰ ਲਾਂਗੇ ਪਰ ਕਰਾਂਗੇ ਆਪ। ਅਤੇ ਕਹਿੰਦੇ ਹਾਊਲੈਂਡ ਕਹਿੰਦੇ ਸਰਾਈ ਕਰਾਈ ਜਾਂਦਾ, ਆਹ ਦੇਖੋ ਫਿਰ ਸਲੈਪ ਵੀ ਮਾਰੀ ਜਾਂਦਾ ਥੋੜ੍ਹੇ ਜਿਹੇ, ਤੂੜੀ ਵੀ ਖਰਾਬ ਕਰੀ ਜਾਂਦਾ ਥੱਲੋਂ। ਉਹ ਬੱਲੇ ਬੱਲੇ ਕਹਿੰਦੇ ਫੱਟੀ ਲਾ ਕੇ ਚਕਾਤਾ ਸੀ, ਥੋੜ੍ਹੀ ਲੈਫਟ ਥੱਲੇ ਕਰ ਦਿੰਦੇ ਹੋਰ ਟਾਪਾ ਪਾੜ ਦੇ ਬਾਈ, ਬਾਅਦ 'ਚੋਂ ਕੰਮ ਖਰਾਬ ਹੋ ਜੂਗਾ, ਇਹਨੂੰ ਬੰਦ ਕਰੀਏ ਇੱਥੇ। ਆਹ ਇੱਥੇ ਰੱਖ ਗਿਆ ਬਾਤ ਆ, 3 ਬਕਸੇ ਹੋਰ ਪੈਣਗੇ ਹੋਲੈਂਡ ਦੇ ਵਿੱਚ, ਅਤੇ 9-11 ਕਰੀਏ ਨੇੜੇ ਮਾੜਾ ਜਿਹਾ ਵਾਹਣ 'ਚ ਵਾੜ ਕੇ ਵੇਖੀਏ ਬਹਿੰਦਾ ਤਾਂ ਨਹੀਂ ਥੱਲੇ। ਲਾਓ ਵੀ ਮਿੱਤਰੋ 9-11 ਨੂੰ ਵੀ ਵਾਹਣ ਦੇ ਵਿੱਚ ਵਾੜ ਹੀ ਲਿਆ, ਹਾਏ ਓਏ ਬਾਈ ਗਾਰਾ ਬਾਈ, ਮੈਂਟੋ ਮੈਂਟੀ ਟਰੈਕਟਰ ਬਾਈ ਜਮਾਂ ਧੋਤਾ ਵਾ ਟਰੈਕਟਰ ਲਿਬੜ ਗਿਆ ਬਾਈ। ਬਾਈ ਆਪਣੇ ਗਾਰੇ ਤੋਂ ਬਚਾ ਬਚਾ ਕੇ ਚਲਾਵਾਂਗੇ ਕਿ ਖੁੱਬੇ ਨਾ, ਨਹੀਂ ਆਪਣਾ ਕੰਮ ਖਰਾਬ ਹੋ ਜੂਗਾ ਜੇ ਖੁੱਬ ਗਿਆ ਟਰੈਕਟਰ ਵਿੱਚ, ਫਿਰ ਆਪਾਂ ਨੂੰ ਕੱਢਣਾ ਪਊਗਾ। ਅਤੇ 9-11 ਥੋੜ੍ਹਾ ਜਿਹਾ ਪਾਸੀ, ਆਹ ਵੱਡੀ ਮਸ਼ੀਨ ਤਾਂ ਮੈਂ ਆਪ ਹੀ ਚਲਾ ਰਿਹਾ ਵਾਂ, ਸੋ ਤਾਂ ਕਰਕੇ 9-11 ਆਪਾਂ ਇੱਥੇ ਜੇ ਖੜਾ ਦਿੰਦੇ ਹਾਂ ਕਿ ਨਾ, ਹਜੇ ਨਾ ਮਸ਼ੀਨ ਵੱਢਦੀ ਆ ਹੋਰ, ਹਜੇ ਮੇਰੇ ਹਿਸਾਬ ਨਾਲ ਨਾ 50% ਹੀ ਹੋਇਆ ਹੋਊਗਾ, 70% ਹੋ ਗਿਆ। ਇਹ ਆਹ ਮਸ਼ੀਨ ਦਾ ਬਕਸਾ ਉਹ ਮਸ਼ੀਨ ਨਾਲੋਂ ਸਗੋਂ ਛੋਟਾ ਵਾ, ਇਹ 'ਤੇ ਮਗਰ ਹੀ ਰੱਖਣਾ ਪੈਂਦਾ ਟਰੈਕਟਰ, ਇਹ ਲੰਮੇ ਰੂਟ ਵਾਲੀ ਆ ਨਾ, ਕਿ ਲੰਮਾ ਤੁਰਿਆ ਜਾਓ ਨਾਲ ਨਾਲ ਤੋਰੀ ਲਿਜਾਓ, ਉਹ ਵਾਲਾ ਹਿਸਾਬ ਕਿਤਾਬ ਆ। ਪਰ ਕਹਿੰਦੇ ਮਸ਼ੀਨ ਤਾਂ ਝੋਟੀ ਆ ਮਿੱਤਰੋ, ਇਹ ਨਹੀਂ ਦੱਬਦੀ ਦੁਬਦੀ, ਆਹ ਵੇਖੋ ਮੂਹਰਲੇ ਟਾਇਰ ਥੋੜ੍ਹੇ ਸਲਿੱਪ ਮਾਰਦੇ ਆ ਕਦੇ ਕਦੇ, ਪਰ ਯਾਰ ਮੈਂ ਕਹਿੰਦਾ ਪਰਵਾਹ ਹੀ ਕੋਈ ਨਹੀਂ ਯਾਰ, ਮਸ਼ੀਨ ਹੈ ਹੀ ਬਹੁਤ ਸਾਰਾ, ਪਰਾਲੀ ਵੇਖੋ ਆਉਂਦੀ ਜਿਵੇਂ ਝਰਨਾ ਹੁੰਦਾ ਮਿੱਤਰੋ। ਤੂੜੀ ਬਣਾਉਣ ਦਾ ਤਾਂ ਆਹ ਮਸ਼ੀਨ ਵਾਲੇ ਲਾਂਘੇ 'ਚ ਹੀ ਸਵਾਦ ਆਊਗਾ, ਪਤਾ ਕਿਉਂ? ਇਹ ਕਟਰ ਜ਼ਿਆਦਾ ਚੌੜਾ ਅਤੇ ਪਰਾਲੀ ਜਿਹੜੀ ਸਿੜਦੀ ਆ ਇਹ ਇੱਕ ਥਾਂ ਹੀ ਥੱਬਾ ਸਿੜਦੀ ਆ, ਮੈਂ ਕਹਿੰਦਾ ਬਾਈ ਡਾਟ ਬਹੁਤ ਨਿਕਲੂਗਾ, ਜਿਹੜੀ ਵੀ ਤੂੜੀ ਵਾਲੀ ਮਸ਼ੀਨ ਆ ਗਈ ਨਾ ਇੱਥੇ ਡਾਟ ਬਹੁਤ ਨਿਕਲੂਗਾ। ਮਾਣ ਦਾ ਦੇਖੋ ਮਿੱਤਰੋ ਕੀ ਹਾਲ ਹੋਇਆ ਪਿਆ, ਕਾਰੋਬਾਰੀ ਹੋਇਆ ਪਿਆ ਕੰਮ, ਗਾਰੇ 'ਚ ਸਾਰੇ 'ਚ ਗਾਰੇ 'ਚ ਪਾ ਪਾਣੀ ਪਾ, ਪਾਣੀ ਤਾਂ ਪਿਆ ਨਹੀਂ ਮਿੱਤਰੋ, ਟਰੈਕਟਰ ਜ਼ਰੂਰ ਪੈ ਗਿਆ, ਇੱਕਦਮ ਹੀ ਸਿੜਦੀ ਆ ਪਰਾਲੀ ਦਾ ਰੁੱਕ ਜਿਹਾ ਭਰ ਕੇ, ਅਤੇ ਉੱਥੇ ਆਏ ਹਾਏ 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 ਸਲੈਪੜਾ ਮਾਰ ਬਾਈ, ਦੂਜੀ ਮਸ਼ੀਨ 'ਚ ਵਾੜਨੀ ਨਾ ਇੱਥੇ ਉਹ ਖੁੱਭ ਜੂਗੀ ਬਾਈ, ਗਰੰਟੀ ਆ ਮੇਰੀ ਉਹਨੇ ਖੁੱਭ ਜਾਣਾ ਵਾ ਬਾਈ। ਦੇਖੋ ਮਿੱਤਰੋ ਕਿੱਡਾ ਢੇਰ ਲਾਤਾ, ਹਾਏ ਹੋਏ ਬਾਈ ਤੂੜੀ ਵਾਲੀ ਮਸ਼ੀਨ ਦਾ ਇਸ 'ਚ ਪਤਾ ਲੱਗੂ ਬਾਈ, ਬਹੁਤ ਨਜ਼ਾਰਾ ਆਉਣਾ ਮਿੱਤਰੋ ਤੂੜੀ ਬਣਾਉਣ ਦਾ ਵੀ ਆਪਾਂ ਨੂੰ। ਅਗਲੀ ਵੀਡੀਓ ਮਿੱਤਰੋ ਤੂੜੀ 'ਤੇ ਹੀ ਆਊਗੀ, ਤੂੜੀ ਬਣਾਵਾਂਗੇ ਅਤੇ ਤੂੜੀ ਇੱਕ ਥਾਂ ਲਾਵਾਂਗੇ, ਠੀਕ ਹੈ ਜੀ, ਲਾ ਕੇ ਤਾਂ ਮੈਂ ਕਹਿੰਦਾ ਸਰਾ ਹੀ ਹੈ, ਕੁੱਪ ਕੁੱਪ ਲਾਉਣ ਦੀ ਕੋਸ਼ਿਸ਼ ਕਰਾਂਗੇ ਜੇ ਆਪਣੇ ਤੋਂ ਬਣੀ ਗੱਲ ਤਾਂ, ਅਤੇ ਆਪਾਂ ਕੁੱਪ ਲਾ ਦਾਂਗੇ ਤੂੜੀ ਦਾ, ਨਹੀਂ ਫਿਰ ਕੀ ਕਹਿੰਦੇ ਹੁੰਦੇ ਆਪਾਂ ਅੰਦਰ ਕੀ ਕਹਿੰਦੇ ਹੁੰਦੇ ਸਾਇਲੋ 'ਚ ਇਕੱਠੀ ਕਰ ਦੇਣੀ ਹੈ ਕਿ ਨਹੀਂ। ਥੋੜ੍ਹੀ ਮਸ਼ੀਨ ਮੈਂ ਗਲਤ ਚਲਾ ਰਿਹਾ, ਉਹ ਮਾਇੰਡ ਨਾ ਕਰਿਓ, ਬਸ ਤੁਸੀਂ ਜਜ਼ਬਾਤਾਂ ਦੇ ਕਾਬੂ ਰੱਖੋ ਜੀ। ਐਂ ਤਾਂ ਐਂ ਤਾਂ ਮੈਂ ਡਰਾਈਵਰ ਚੋਟੀ ਦਾ, ਐਂ ਤਾਂ ਮੈਂ ਚੋਟੀ ਦਾ ਡਰਾਈਵਰ ਹਾਂ। ਹੁਣ ਤੁਸੀਂ ਕਹੋਗੇ ਕਿ ਆਹ ਗੇੜਾ ਕਿਉਂ ਲਾਇਆ, ਇਹ ਗੇੜਾ ਮੈਂ ਤਾਂ ਲਾਇਆ ਕਿ ਮੇਰੀ ਕਣਕ ਖਰਾਬ ਨਾ ਹੋਵੇ, ਇੱਥੇ ਆਪਾਂ ਟਰੈਕਟਰ ਲੈ ਕੇ ਆਵਾਂਗੇ ਨਾ, ਹੁਣ ਦਾਣੇ ਪਾਉਣੇ ਆਪਾਂ। ਇਹ ਆਹ ਖੋਲਤੀ ਪੈਪ, ਆਹ ਕਰਤਾ ਆਪਾਂ ਕੀ ਕਹਿੰਦੇ ਹੁੰਦੇ ਕਟਰ ਬੰਦ, ਆਹ ਦੇਖੋ ਜੈਕ ਵੇਖੋ ਮਿੱਤਰੋ ਕਿੰਨਾ ਤਕੜਾ ਲੱਗਾ, ਬਾਕੀ ਟਰਬੋ ਟਰਬੋ ਮਸ਼ੀਨ ਦਾ ਇੰਜਣ ਸਿਰਾਈ ਆ, ਅਤੇ 2-2 ਰੇਡੀਏਟਰ ਲੱਗੇ ਆ ਇਹਦੇ, ਆਹ ਠੰਡੀ ਰਹਿੰਦੀ ਆ ਜਮਾਂ, ਚੱਲ ਭਾਵੇਂ ਸਾਰੀ ਦਿਹਾੜੀ ਚਲਾਈ ਚਲੋ, ਹੁਣ ਲਿਆਉਂਦਾ 9-11 ਫਿਰ ਵੇਖਦਾ ਜ਼ੋਰ। ਆਏ ਹਾਏ 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 ਪਹਿਲਾ ਲੱਗਿਆ ਵਾ ਕਹਿੰਦੇ ਗੇਅਰ, ਇਹ ਉਹ ਮਾਰਿਆ ਸਿੱਧਾ ਹੀ 5 ਮਾਂ ਪੈ, ਉਹ ਤੇਰੀ ਇਹ ਉਹ ਟੱਪ ਗਿਆ ਪਰਾਲੀ। ਆਏ ਹਾਏ 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 ਗਾਰੇ ਦੇ ਵਿੱਚ ਕਹਿੰਦੇ ਕੰਮ ਖਰਾਬ ਹੋਈ ਜਾਂਦਾ, ਹੌਲੀ ਹੌਲੀ ਕੰਮ ਖਰਾਬ ਹੋਈ ਜਾਂਦਾ ਮਿੱਤਰੋ ਗਾਰੇ ਦੇ ਵਿੱਚ, ਥੋੜ੍ਹੀ ਜਿਹੀ ਬਚਾ ਕੇ ਲਾ ਲਈਏ ਕਿ ਕਣਕ ਨਾ ਆਪਣੀ ਖਰਾਬ ਹੋਵੇ, ਇੱਥੋਂ ਪੈਕ ਵੀ ਕਰਨਾ ਵੈਸੇ ਟਰੈਕਟਰ ਆਪਾਂ। ਹਾਏ ਓਏ ਥੋੜ੍ਹਾ ਜਿਹਾ ਹੋਰ ਗੇੜਾ ਲਾਇਆ ਹੁੰਦਾ ਨਾ,
ਬਸ ਬਣ ਗਈ ਗੱਲ, ਬਣ ਗਈ ਬਣ ਗਈ ਬਣ ਗਈ। ਐਂ ਤਾਂ ਮਿੱਤਰੋ ਸਿਰਾਂ ਦੇਖੋ ਮਿੱਤਰੋ, ਕਹਿੰਦੇ ਮਿਹਨਤ ਪੱਲੇ ਪੈ ਰਹੀ, ਆਪਾਂ ਵੀ ਕਣਕ ਕੁਣਕ ਬੀਜ ਕੇ ਫੁੱਲ ਮਿਹਨਤ ਕੀਤੀ ਸੀ, ਅਤੇ ਕਣਕ ਬਾਈ ਤੁਸੀਂ ਵੀ ਵੱਢੀ ਜਾਂਦੇ ਹੋਊਗੇ, ਕਿਹਨਾਂ ਕਿਹਨਾਂ ਨੇ ਵੱਢ ਲਈ ਕਣਕ, ਅਤੇ ਕਿਹਨਾਂ ਦੀ ਹਜੇ ਪਈ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ। ਅਤੇ ਮੈਂ ਕਹਿੰਦਾ ਨਜ਼ਾਰਾ ਯਾਰ ਬਾਈ, ਇਹ ਦਿਨ ਤਾਂ ਮਸਾਂ ਹੀ ਆਉਂਦੇ ਹੁੰਦੇ ਆ 6 ਮਹੀਨੇ ਰੋ ਪੈਟ ਕੇ। ਉਹ ਬੱਲੇ ਬੱਲੇ ਬੱਲੇ, ਇਹ ਵੀ 3 ਹੀ ਡੱਬੇ ਪੈਣਗੇ ਬਾਈ, ਉਹ ਮਸ਼ੀਨ ਜਿੰਨਾ ਹੀ ਆ, ਉਹ ਮਸ਼ੀਨ ਜਿੰਨਾ ਹੀ ਆ। ਆਏ ਹਾਏ 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 ਹਾਏ, 9-11 ਕਹਿੰਦੇ ਦੱਬਦਾ ਹੀ ਨਹੀਂ, 9-11 ਦੱਬਦਾ ਹੀ ਨਹੀਂ। ਉਹ ਬੱਲੇ ਮਾਰਦਾ ਛਾਲਾਂ, ਕਰ ਦੇ ਇੱਥੇ ਬੰਦ, ਅਤੇ ਮਸ਼ੀਨ ਦਾ ਮਾਰੀਏ ਗੇਅਰ, ਆਹ ਇੱਥੇ ਰੱਖ ਕਰਤਾ ਗੇਅਰ, ਖੜ੍ਹਿਆ ਕਿਹੜਾ ਗੇਅਰ ਆ ਇਹਦਾ? ਉਹ ਬਾਈ ਗੇਅਰ ਇਹਦੇ ਕਿਹੜੇ ਆ, ਮੈਂ ਉਈ ਗੇਅਰ ਗੇਅਰ ਕਰੀਏ ਨਾ। ਦੇਖੋ ਬਾਈ ਸਾਰਾ ਕੰਮ ਹੀ ਜੋਇਸਟਿਕ ਵਾਲਾ ਬਾਈ, ਮੈਂ ਕਹਿੰਦਾ ਗੇਅਰ ਪਾਉਣ ਲੱਗੇ ਵੀ ਜ਼ੋਰ ਲਾਉਣ ਦੀ ਲੋੜ ਨਹੀਂ, ਬਟਨ ਟੱਪਣਾ ਯਾਰ ਨਜ਼ਾਰਾ ਹੀ ਨਜ਼ਾਰੇ ਬਾਈ। ਵੇਖੋ ਆਉਂਦੀ ਕਹਿੰਦੇ ਸਿਰਾਈ ਸਿਰਾਈ ਸਿਰਾਈ, ਐਡਾ ਕਟਰ ਤਾਂ ਨਜ਼ਾਰਾ ਹੀ ਆ। ਚਲੋ ਜਿਹੜੇ ਆਪਾਂ ਵੱਡੇ ਆ 4 ਕਦਾਣੇ ਉਹ ਵਿੱਚ ਪਾਈ ਜਾਈਏ। ਨਹੀਂ ਪੈਪ ਬੰਦ ਕਰ ਯਾਰ, ਪੈਪ ਹਜੇ ਆਏ ਨਹੀਂ ਯਾਰ, ਭਰ ਭਰ ਕੇ ਬਕਸੇ ਪਾਵਾਂਗੇ ਭਰ ਭਰ ਕੇ। ਲਓ ਵੀ ਮਿੱਤਰੋ ਆਹ ਮਸ਼ੀਨ ਵਾਲਾ ਵੀ ਹਾਰਨ ਜੇ ਮਾਰਨ ਲੱਗ ਗਿਆ, ਕਹਿੰਦਾ ਆ ਜਾ ਛੇਤੀ ਟਰੈਕਟਰ ਲੈ ਕੇ ਆ ਜਾ। ਮੈਂ ਕਿਹਾ ਆ ਗਏ ਆ ਗਏ ਆ ਗਏ, ਮਾਰਤੀ ਸੈਲਫ ਹੋਲੈਂਡ ਦੀ। ਆਏ ਹਾਏ ਹਾਏ ਹਾਏ, ਝੋਟਾ ਕਹਿੰਦੇ ਉਹ ਤੇਰੀ ਸਲੈਪ ਬਾਈ, ਖੁੱਬੂ ਬਣਾ ਜਾਈ ਕਿਤੇ ਹੋਰ ਨਾ ਕਿਤੇ। 9-11 ਕਹਿੰਦੇ ਸੀਗੀ 9-11 ਖੁੱਬੂ, ਅੱਜ 9-11 ਦੀ ਥਾਂ 'ਤੇ ਆਹ ਵਾਲਾ ਖੁੱਬ ਜੇ ਬਾਈ, ਦੇਖਦੇ ਆ ਮਤਲਬ ਕੀ ਬਣਦਾ। ਅਤੇ ਕਹਿੰਦੇ ਉਹ ਮਾਰਤਾ ਹਾਰਨ, ਕਹਿੰਦੇ ਰੋਕਤੀ, ਟਰਾਲੀ ਨੂੰ ਵੇਖ ਕੇ ਰੋਕਤੀ, ਕਹਿੰਦਾ ਬਸ ਬਸ ਹੁਣ, ਕਹਿੰਦਾ ਕਣਕ ਪਵਾਲ ਆ ਵਿੱਚ। ਬੱਲੇ 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 ਬੱਲੇ, ਆਉਣ ਦੇ ਬਾਈ ਚੱਕ। ਓਏ ਆ ਕੀ ਗੇਅਰ ਸਲਿੱਪ ਖੜਾਈ ਜਾਂਦਾ, ਐਵੇਂ ਖਰਾਬ ਕਰਨਾ ਗੇਅਰ। ਓ ਬੱਲੇ ਹੁਣ ਗੱਲ ਬਣੂਗੀ ਨਾ, ਕਣਕ ਵਿੱਚ ਜਮ੍ਹਾਂ ਟਰਾਲੀ ਦੇ ਵਿੱਚ ਡੈਗਦੀ ਆ, ਅਤੇ ਟਰਾਲੀ ਹੁਣ ਮਿੱਤਰੋ ਆਪਣੀ ਭਰ ਜੂਗੀ 75-76% ਭਰ ਜੂਗੀ। ਅਤੇ ਮੈਂ ਕਹਿੰਦਾ ਹੁਣ ਦੇਖਦੇ ਆ ਹੋਲੈਂਡ ਦਾ ਜ਼ੋਰ ਦਾ ਪਤਾ ਲੱਗੂਗਾ ਕਿ ਕਿੰਨਾ ਕੁ ਜ਼ੋਰ ਜ਼ਾਰ ਮਾਰਦਾ। ਮੈਨੂੰ ਤਾਂ ਲੱਗਦਾ ਨਹੀਂ ਬਈ ਇਹਨੇ ਦਬਣਾ ਦੁਬਣਾ ਤਾਂ ਹੈ ਨਹੀਂਗਾ, ਅਤੇ ਸਿਰਾ ਹੀ ਹੈ ਝੋਟਾ ਹੀ ਹੈ। ਲਓ ਵੀ ਮਿੱਤਰੋ 76% ਟਰਾਲੀ ਭਰ ਗਈ। ਓ ਬੱਲੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ, ਹੋਲੜਾ ਇੱਥੇ ਰੱਖ ਬੱਲੇ ਤੇਰੇ ਸਦਕੇ ਜਾਵਾਂ, ਜ਼ੋਰ ਫੁੱਲ ਮਾਰਦਾ ਦੱਬਦਾ ਹੀ ਨਹੀਂ ਬਾਈ। ਤੀਜਾ ਮੀਡੀਅਮ ਗੇਅਰ। ਬੱਲੇ 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 ਬੱਲੇ, ਇੱਥੇ ਗੇਅਰਾਂ ਦੇ ਵਿੱਚ ਦੇਖ ਲਓ ਤੁਸੀਂ ਇਹ ਮੀਟਰ ਮੂਟਰ, ਕਿਆ ਬਾਤ ਹੈ ਕਿਆ ਬਾਤ ਹੈ, ਸਿਰਾ ਹੋਇਆ ਪਿਆ। ਕਹਿੰਦੇ ਟਰਾਲੀ ਨੂੰ ਕਹਿੰਦੇ ਮੈਂ ਗੌੜਦਾ ਹੀ ਨਹੀਂ, ਉਹ ਤੇਰੀ ਕਾਂ ਜੇ ਕੀ ਕਰਦੇ ਫਿਰਦੇ ਆ, ਉਹ ਮਾਰਕੀਟ ਹੈ ਗਿਆ ਹੈ ਉਹ ਕਾਂ, ਤੂੰ ਤੇਰੀ ਸਵਾਦ ਹੀ ਖਰਾਬ ਕਰਤਾ ਮਿੱਤਰੋ, ਕਾਂ ਦੇ ਚੱਕਰਾਂ 'ਚ ਟਰੈਕਟਰ ਖਬੋਲਣਾ ਸੀ। ਆ ਵੀ ਵਾਹਣ ਥੋੜ੍ਹਾ ਜਿਹਾ ਗਿੱਲਾ ਮਿੱਤਰੋ, ਚੱਲ 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 ਚੱਲ, ਹੋਣੀ 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 ਹੋਣੀ, ਦਬਣਾ ਨਹੀਂ ਦਬਣਾ ਨਹੀਂ ਦਬਣਾ ਨਹੀਂ ਦਬਣਾ ਦਬਣਾ ਨਹੀਂ ਦਬਣਾ ਨਹੀਂ ਦਬਣਾ ਨਹੀਂ ਮੇਰੀ ਜਾਨ, ਨਾ 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 ਨਾ, ਮੁੜ ਕੇ ਖੜਾਉਣਾ ਮਿੱਤਰੋ ਇੱਥੋਂ, ਮੋੜਨਾ ਆਪਾਂ ਬੈਕ ਕਰ ਲਈਏ ਥੋੜ੍ਹਾ ਜਿਹਾ ਬੈਕ ਕਰ ਲਈਏ, ਟਰਾਲੀ ਪਰਾਂ ਨੂੰ ਮੁੜ ਗਏ। ਚੱਲ 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 ਚੱਲ, ਬਾਇਲੀ ਕਟਾਈ ਹੋ ਗਈ ਮਿੱਤਰੋ ਮੈਤੋਂ। ਕਹਿੰਦੇ ਪਰ ਹੁੱਕ ਨਾਲ ਲੱਗਣੋਂ ਬਚ ਕੇ ਟਾਇਰ ਬਾਈ, ਨਹੀਂ ਤੁਹਾਨੂੰ ਰੇਡੀਅਲ ਟਾਇਰ ਆ ਵੱਢਿਆ ਜਾਣਾ ਸੀ। ਲਓ ਵੀ ਮਿੱਤਰੋ ਕਹਿੰਦੇ ਆਹ ਮਸ਼ੀਨ ਦਾ ਵੀ ਕਹਿੰਦੇ ਫੇਰ ਫੁੱਲ ਹੋ ਗਿਆ, ਕਹਿੰਦੇ ਬੋਕਸ ਜਾਂ ਇਹਨੂੰ ਕੀ ਕਹਿੰਦੇ ਯਾਰ ਬੋਕਸ ਨੂੰ, ਸੀਰੀਅਸਲੀ ਯਾਰ ਬਾਈ ਸਾਡੇ ਨਾਲ ਪਰਾਗਾ ਪਰਾਗਾ ਕਹਿੰਦੇ ਹੁੰਦੇ, ਹਾਂ ਪਰਾਗਾ ਕਹਿੰਦੇ ਹੁੰਦੇ ਆ, ਮੈਨੂੰ ਵਰਡ ਐਂ ਸੂਟੇਬਲ ਜਾਂ ਨਹੀਂ ਲੱਗਦਾ ਕਿ ਇਹਦੇ ਵਾਸਤੇ ਬਣਿਆ ਨਹੀਂ। ਚਲੋ ਦੇਖਦੇ ਆ 9-11 ਕਹਿੰਦੇ 9-11 ਆਏ ਹਾਏ, 9-11 ਦਾ ਵੀ ਜ਼ੋਰ ਹੁਣ ਪਤਾ ਲੱਗੂ ਬਾਈ, ਹੋਲੈਂਡ ਦਾ ਤਾਂ ਤੁਸੀਂ ਜ਼ੋਰ ਦੇਖ ਲਿਆ, ਟਰਾਲੀ ਉਨੀਓ ਹੀ ਭਰ ਜਾਣੀ ਆ, ਹੈ ਕਿ ਨਹੀਂ। ਇਹਦੇ 'ਚ ਪਿਆ ਵਾ 14,000 ਲੀਟਰ ਅਤੇ 14,000 ਲੀਟਰ ਹੋਰ ਵੱਜਣਾ ਵਿੱਚ। ਮੈਂ ਕਹਿੰਦਾ ਬਾਈ 9-11 ਮੂੰਹ ਜਿਹਾ ਚੱਕਣਾ ਸ਼ੁਰੂ ਕਰ ਦੂ, ਮੈਨੂੰ ਲੱਗਦਾ ਮੂਹਰੋਂ ਹਲਕਣਾ ਥੋੜ੍ਹਾ ਜਿਹਾ ਅੱਗਾ ਚੱਕੂਗਾ, ਪਰ 9-11 ਝੋਟਾ ਯਾਰ, 9-11 ਅਰਗਾ ਟਰੈਕਟਰ ਨਹੀਂ ਬਣਿਆ ਹਜੇ ਤੱਕ। ਕਹਿੰਦੇ ਹੁਣ ਪਤਾ ਲੱਗੂ ਬਾਈ ਲੀਆਂ ਦੇ ਜ਼ੋਰ ਦਾ। ਬੱਲੇ 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 ਬੱਲੇ, ਟਰਾਲੀ ਜੀ ਮੈਂ ਕਹਿੰਦਾ ਅੱਧੋਂ ਵੱਧ ਭਰ ਗਈ, ਅਤੇ ਫੁੱਲ ਭਰ ਕੇ ਦਾ ਬਾਈ ਖੁੱਬ ਜੂ, ਫੁੱਲ ਭਰ ਕੇ ਦਾ ਆਪਾਂ ਨੂੰ ਟਰੈਕਟਰ ਵੱਡਾ ਭਲਵਾਨ ਸੱਦਣਾ ਪੈਣਾ, ਉਹ ਕੋਈ ਚੱਕਰ ਨਹੀਂ, ਉਹ ਬਾਅਦ 'ਚੋਂ ਕੱਢ ਹੀ ਲੈਣਾ ਯਾਰ, ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਕੇਰਾਂ ਆਪਾਂ ਖਬੂ ਖਵਾ ਕੇ ਸਵਾਦ ਫੁੱਲ ਲਵਾਂਗੇ ਮਿੱਤਰੋ, ਨਜ਼ਾਰੇ ਹੀ ਫੁੱਲ ਲੈਣੇ ਆਪਾਂ, ਉਹ ਗੱਲ ਕੋਈ ਨਹੀਂ। ਉਹ ਵੇਖੋ ਕਹਿੰਦੇ ਸਟੈਂਡਰਡ ਵੀ ਚੱਲੀ ਜਾਂਦੀ ਆਪਣੀ,
ਇੱਕ ਤਾਂ ਜਮਾਂ ਹੀ ਮੈਂ ਕਹਿੰਦਾ ਸਿਰੇ ਵਾਲੀ ਮਸ਼ੀਨ ਆ, ਅਤੇ ਇੱਕ ਵਿਚਾਰੀ ਸਟੈਂਡਰਡ ਜਮਾਂ ਐਂਟਰੀ ਲੈਵਲ ਵਾਲੀ ਆ, 70% ਹੋ ਗਈ ਟਰਾਲੀ ਮਿੱਤਰੋ, ਅਤੇ ਕਹਿੰਦੇ ਨਾ ਹਟ ਗਿਆਰਾਂ ਕਿੱਥੇ ਦੱਬਦਾ ਪਹਿਲਾਂ ਲੋ, ਕਹਿੰਦੇ ਮੇਰੇ ਵੀਰੇ ਉਹ ਇੱਥੇ ਰੱਖ, ਐਂ ਤੇਰੀ ਮਾਰਦਾ ਜ਼ੋਰ ਪੂਰਾ, ਐਂ ਛੇਰ ਆ ਪੂਰਾ ਛੇਰ, ਦੇਖੋ ਫਿਰ ਦੇਖੋ ਫਿਰ ਦੇਖੋ ਫਿਰ ਆਉਂਦਾ ਕਾਰ ਗਾਰੇਜ ਦੇ ਵਿੱਚ ਦੀ, ਬੱਲੇ 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 ਬੱਲੇ। ਲਓ ਵੀ ਮਿੱਤਰੋ ਕਰ ਦਈਏ ਇਹਨੂੰ ਵੀ ਬੰਦ, ਹੁਣ 10 ਮਿੰਟ ਬਹਿ ਕੇ ਮਸ਼ੀਨ ਦੇ ਵਿੱਚ ਠੰਡੀ ਹਵਾ ਖਾਈਏ ਏ ਸੀ ਦੀ। ਆਹ ਦੇਖੋ ਐਂ ਡਿੱਕ ਡੁੱਕ ਲੱਗਾ ਵਿੱਚ, ਆਹ ਦੇਖੋ ਪਲੇਅਰ ਪਲੂਅਰ ਲੱਗੇ ਹੈ, ਕਿਆ ਬਾਤ ਹੈ, ਕੂਲਿੰਗ ਵਿੱਚ ਚੱਲਦੀ ਹੈ, ਏ ਸੀ ਫੁੱਲ ਹੈ, ਆਹ ਮਾਰ ਦਈਏ ਸਿਰਫ ਅਤੇ ਤੋਰ ਲਈਏ। ਅੱਜ ਤਾਂ ਮਿੱਤਰੋ ਪੂਰੀ ਮੈਂ ਕਹਿੰਦਾ ਹਾਰਵੈਸਟਿੰਗ ਨਾ ਜਿਹੜੀ ਮੱਢ ਦੇ ਵਿੱਚ ਹੋ ਰਹੀ ਆ, ਬਾਕੀ ਆਹ ਕਣਕ ਦਾ ਝਾੜ ਤਾਂ ਠੀਕ ਹੈ, ਪਰਲੀ ਦਾ ਵੀ ਘੈਂਟ ਆਇਆ। ਓਏ ਉਹ ਕਿੱਧਰ ਫਸਾਤੀ ਓਏ ਉਹਨੇ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਓਏ ਕੋਚੂ ਡਰਾਈਵਰ ਭਾਈ ਕਿੱਧਰ, ਹੈਲੋ ਭਾਈ ਭੱਜ ਗਿਆ, ਓਏ ਭਾਈ ਖਾਲੇ 'ਚ ਸੁੱਟ ਕੇ ਭੱਜ ਗਿਆ ਯਾਰ, ਮੈਨੂੰ ਮੈਂ ਵੇਖਦਾ ਟਰਾਈ ਮਾਰ ਕੇ, ਨਿਕਲ ਜੂਗੀ ਉਹ ਡਰਾਈਵਰ ਹੀ ਉਹ ਜਾ, ਨਿਕਲ ਜੂਗੀ ਚੱਲ 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 ਚੱਲ, ਉਹ ਤੇਰੀ ਆਇਆ ਇਹਦਾ ਫਿਰ ਤੁਹਾਡੇ ਬਾਈ ਦੀ ਡਰਾਈਵਰੀ ਬਾਹਲੀ ਖਰਾਬ ਆ ਇਹਦੇ ਨਾਲ, ਕਿਆ ਵਾ, ਸ਼ੁਕਰ ਆ ਭਾਈ। ਆ ਜਾ ਹੁਣ ਵਾਪਸ ਬਹਿ ਜਾ ਮਸ਼ੀਨ 'ਤੇ, ਐਵੇਂ ਚਪੜੇ ਗਾਏਗਾ ਬਾਈ ਯਾਰ, ਚਲੋ ਬਾਈ ਖਾਲੇ 'ਚ ਤਾਰ ਕੇ ਨਾ ਪਾਸੇ ਹੋ ਕੇ ਬਹਿ ਗਿਆ, ਕਹਿੰਦਾ ਬਾਈ ਮੈਂ ਬਚ ਜੂੰਗਾ ਦੱਸ ਗਾਲਾਂ ਤੋਂ, ਬਾਈ ਯਾਰ ਦੱਸ ਯਾਰ, ਜਾਂ ਤਾਂ ਉਹਨੂੰ ਕੱਢ ਲਾ ਮੇਰੀ ਨਿਗਾਹ ਪੈਣ ਤੋਂ ਪਹਿਲਾਂ ਮੈਂ ਇੱਧਰੋਂ ਮਸ਼ੀਨ ਚਲਾਵਾਂ ਕਿ ਕਿੱਧਰ ਜਾਵਾਂ ਬਾਈ ਯਾਰ, ਸਿਰਾ ਹੀ ਹੋਇਆ ਪਿਆ ਕੋਚੂ ਡਰਾਈਵਰ ਆ ਨਾ ਫਿਰ। ਲਓ ਵੀ ਮਿੱਤਰੋ ਮੈਨੂੰ ਲੱਗਦਾ ਟਰਾਲੀ ਇੱਕ ਮਸਾਂ ਹੀ ਭਰਨੀ ਹੈ ਇਹ 'ਚੋਂ, ਪਰ ਨਹੀਂ ਥੋੜ੍ਹੀ ਜਿਹੀ ਉੱਤੋਂ ਦੀ ਭਰੂਗੀ, ਭਰ ਜੂਗੀ, ਇੰਨਾ ਹੌਂਸਲਾ ਨਾ ਛੱਡ ਹੈਪੀ ਆ, ਉੱਧਰ ਵੀ ਭਰ ਜੂ ਅਤੇ ਇੱਧਰ ਵੀ ਭਰ ਜੂ, ਇੱਧਰ ਥੋੜ੍ਹਾ ਜਿਹਾ ਗਾਰਾ ਜਿਹਾ ਕਰਕੇ ਨਾ ਵਿੱਚੋਂ ਕਈ ਮਤਲਬ ਬੂਟੇ ਜਿਹੇ ਖਰਾਬ ਹੋਏ ਆ, ਪਰ ਚੱਲ ਕੋਈ ਨਾ ਹੈ। ਅੱਜ ਤਾਂ ਕਹਿੰਦੇ ਹਾਰਵੈਸਟਿੰਗ ਮੱਢ ਹੋ ਗਈ ਮਿੱਤਰੋ, ਕਹਿੰਦੇ ਮੱਢ ਦੇ ਵਿੱਚ ਹੀ ਚੱਲਣ ਦੋ ਕੰਮ, ਕਿਆ ਬਾਤ ਹੈ, ਪਰ ਕਹਿੰਦੇ ਨਜ਼ਾਰਾ ਫੁੱਲ ਹੈ ਮਿੱਤਰੋ, ਇੱਦਾਂ ਦੇ ਕੰਮਾਂ ਦਾ ਸਵਾਲ ਵੱਖਰਾ ਯਾਰ। ਮੈਂ ਕਹਿੰਦਾ ਬਈ ਦਾਣੇ ਪੁਆ ਹੀ ਲਈਏ ਮਸ਼ੀਨ ਬੈਕ ਕਰ, ਦਾਣੇ ਪੁਆ ਹੀ ਲਈਏ ਮਿੱਤਰੋ, 97% ਤਾਂ ਭਰਿਆ ਪਿਆ। ਓਏ ਬੰਦ ਹੀ ਕਰਤੀ ਮਸ਼ੀਨ, ਗਰਮ ਸੀਗੀ ਮਸ਼ੀਨ ਅਤੇ ਬੰਦ ਕਰਤੀ। ਆਹ ਦੇਖੋ ਤੁਸੀਂ ਬੱਤੀ ਵੇਖੋ ਤੁਸੀਂ ਕਿੰਨੀ ਤਕੜੀ ਲੱਗੀ, ਐਨ ਜਗਦੀ ਹੈ ਨਾ ਫੁੱਲ, ਕਿਆ ਬਾਤ ਹੈ, ਮਾਰ ਗਏ ਸੈਲਫ ਹੁਣ ਆਪਾਂ 69 ਦੀ, 69 ਦਾ ਜ਼ੋਰ ਦੇਖੀਏ ਮਿੱਤਰੋ, ਸਵਾਦ ਫੁੱਲ ਆਈ ਜਾਂਦਾ ਕਹਿੰਦੇ। ਲਓ ਵੀ ਮਿੱਤਰੋ 69 ਵਾਲੀ ਦਾ ਟਰਾਲੀ ਹੋ ਜਾਣੀ ਫੁੱਲ, ਅਤੇ ਉਦੋਂ ਬਾਅਦ ਇੱਕ ਬੋਕਸ ਜਾਂ ਅੱਧਾ ਬੋਕਸ ਹੋਰ ਬਣੂਗਾ, ਕਿਉਂਕਿ 2 ਗੇੜੇ ਹੀ ਬਚੇ ਆ, ਐਂ ਨਜ਼ਾਰੇ ਵਾਲਾ ਕੰਮ ਹੀ ਹੋ ਜਾਣਾ ਕਹਿੰਦੇ। ਸਰਾ ਚੱਲ ਖੁੱਬੀ ਨਾ ਮੇਰਾ ਬਾਈ, ਜਿੱਥੇ ਖੁੱਬ ਗਿਆ ਮਿੱਤਰੋ ਕੰਮ ਹੋ ਜਾਣਾ, ਕਿਉਂਕਿ ਜਿੱਥੇ ਸਲਿੱਪ ਦੇ ਗਿਆ ਟਰੈਕਟਰ ਉੱਥੇ ਹੀ ਕੰਮ ਹੋ ਜਾਣਾ, ਫਿਰ ਆਪਾਂ ਨੂੰ ਭਲਵਾਨ ਸੱਦਣਾ ਪੈਣਾ, ਅਤੇ ਭਲਵਾਨ ਨੇ ਪੱਟ ਕੇ ਲੈ ਜਾਣਾ ਮਿੰਟ 'ਚ। ਲਓ ਵੀ ਮਿੱਤਰੋ ਹੋ ਜੂਗੀ ਟਰਾਲੀ ਫੁੱਲ ਆਪਣੀ, ਆਹ ਤਾਂ ਆਏ ਹਾਏ ਹਾਏ ਕਿਆ ਬਾਤ ਹੈ ਬਾਈ, ਐਤਕੀ ਝਾੜਤਾ ਮੈਂ ਕਹਿੰਦਾ ਸਰਾ ਯਾਰ, ਟਰਾਲੀ ਵੀ ਦੇਖੋ ਬਾਈ ਬੈੱਡ ਵਾਲੀ ਹੈ, ਅਤੇ ਉੱਧਰ ਉਹ ਹੋਲਣ ਵਾਲੀ ਫੁੱਲ ਹੋ ਜਾਣੀ ਹੈ, ਉਦੋਂ ਬਾਅਦ ਮਸ਼ੀਨਾਂ ਨੂੰ ਛੱਡ ਦੇਣਾ ਇੱਧਰ, ਮੈਂ ਕਹਿੰਦਾ ਕਣਕ ਸਾਰੀ ਵੱਢ ਲੈਣੀ ਆ, ਅਗਲੀ ਵੀਡੀਓ 'ਚ ਆਪਾਂ ਦੇਖਾਂਗੇ ਤੂੜੀ ਤਾੜੀ ਬਣਾਵਾਂਗੇ, ਠੀਕ ਹੈ ਜੀ, ਐਂ ਸਿਰਾ। ਲਓ ਵੀ ਮਿੱਤਰੋ ਤੋਰ ਕੇ ਦੇਖੀਏ, ਉਹ ਬੱਲੇ 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 ਬੱਲੇ, ਐ ਇੱਥੇ ਰੱਖ ਤੇਰੀ, ਬਣ ਗਈ ਗੱਲ ਮਿੱਤਰੋ, ਬਣ ਗਈ ਉਹ ਆਏ ਹਾਏ ਆਏ ਹਾਏ 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 ਹਾਏ, ਕਿੱਧਰੋਂ ਚੜ੍ਹਾਉਣਾ ਕਿੱਧਰੋਂ ਆਪਾਂ, ਹਟ ਜਾਓ ਯਾਰ, ਇੱਕ ਗੇੜਾ ਤਾਂ ਬਣਦਾ ਨਾ, ਮਾੜਾ ਜਿਹਾ ਜ਼ੋਰ ਦਾ ਤਾਂ ਪਤਾ ਲੱਗੇ, ਅੱਜ ਤੇਰੀ ਛਾਲਾ ਮਾਰਦਾ ਪੂਰਾ, ਉਹ ਤੇਰੀ ਤੁਰ ਪਿਆ ਪਰਾਲੀ ਉੱਤੋਂ ਦੀ ਜਾਣ ਤੇ, ਨਹੀਂ ਦੱਬਦਾ ਬਾਈ, ਨਹੀਂ ਦੱਬਦਾ, 69 ਕਹਿੰਦੇ ਇਹਨੂੰ, ਇਹ ਨਹੀਂ ਖੁੱਬਦਾ, ਉੱਧਰੋਂ ਉਹ ਸਲਿੱਪ ਦੇ ਕੇ ਬਾਹਲੀ ਪਾਵਰ ਆ ਨਾ ਉਹਦੇ 'ਚ, ਉਹ ਸਲਿੱਪ ਦਿੰਦਾ ਹੈ ਨਾ,
ਅਤੇ ਇਹ ਟਰੈਕਟਰ ਫਲਿੱਪ ਨਹੀਂ ਕੱਢਦਾ ਆਉਂਦਾ ਵੇਖੋ ਤੁਸੀਂ ਕਾਰ ਵਾਂਗੂ ਮਾੜੇ ਮਾੜੇ ਟਾਇਰ ਜੇ ਚੱਕਦਾ ਤਾਂ ਉਹਨੂੰ ਅਤੇ ਟਰਾਲੀ ਮਗਰ ਨੱਚਦੀ ਆਉਂਦੀ ਆ ਇੱਥੇ ਰੱਖ ਇੱਧਰ ਨੂੰ ਬਈ ਮੈਂ ਮੋੜਿਆ ਨਹੀਂ ਆਪੇ ਘੁੰਮ ਗਿਆ ਕਿਉਂਕਿ ਡਿਫੈਂਸਰ ਨਹੀਂ ਲੱਗਾ ਅਤੇ ਉਖਲੀ ਜਿਹੀ ਬਣ ਗਈ ਇੱਕਦਮ ਅਤੇ ਟਾਇਰ ਨੂੰ ਅੜਕਾ ਜਿਹਾ ਲੱਗ ਗਿਆ ਉਹਦੇ ਕਰਕੇ ਆ ਤੇਰੀ ਇਹ ਬੱਲੇ ਸਿਰਾ ਸਿਰਾ ਬਈ ਸਿਰਾ ਮੈਂ ਕਹਿੰਦਾ ਨਜ਼ਾਰਾ ਬਈ ਨਜ਼ਾਰਾ ਦੇਖੋ ਨਾਟ ਕਰਾਂ ਦਾ ਜ਼ੋਰ ਲੱਗਦਾ ਨਾ ਇਹ ਘੈਂਟ ਯਾਰ ਸਿਰਾ ਬਈ ਸਿਰਾ ਮੈਂ ਕਹਿੰਦਾ ਉੱਡਦਾ ਹੀ ਜਾਂਦਾ ਮਿੱਤਰੋ ਘੈਂਟ ਨਜ਼ਾਰਾ ਫੁੱਲ ਇੱਥੋਂ ਪਤਾ ਲੱਗੂਗਾ ਉਹ ਤੇਰੀ ਇਹ ਇਹ ਚੱਲ ਚੱਲ ਉਹ ਬੱਲੇ 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 ਮਿੱਤਰੋ ਨਾਟ ਕਹਿਰਾ ਆਉਂਦਾ ਵੀ ਫੂਲ ਕਿਆ ਬਾਤ ਹੈ ਬਾਈ ਕਿਆ ਬਾਤ ਹੈ ਸਿਰਾ ਬਾਈ ਸਿਰਾ ਕੱਢ ਲਿਆ ਬਾਈ ਕੱਢ ਲਿਆ ਪਹਿਲਾਂ ਲੋ ਪਾਲਿਆ ਸੀਗਾ ਇੱਥੋਂ ਮੈਂ ਕਿਹਾ ਪੱਟ ਕੇ ਮਾਰ ਕੇ ਲਓ ਵੀ ਮਿੱਤਰੋ ਨਾਟ ਗੇਰਾਂ ਦਾ ਹੋ ਗਿਆ ਅੱਜ ਲਈ ਵਿਹਲਾ ਨਾਟ ਗੇਰਾਂ ਤੁਸੀਂ ਤਾਂ ਲਾ ਦੇਈਏ ਅੰਦਰ ਟਰਾਲੀ ਕਰ ਦੇਈਏ ਇਹਦੀ ਵਿਹਲੀ ਲੈ ਕੇ ਚੱਲੀਏ ਘਰੇ ਮਿੰਟੋ ਮਿੰਟੀ ਟਰਾਲੀ ਵਿਹਲੀ ਕਰਕੇ ਉਹਦੇ ਬਾਅਦ ਹੋਲੈਂਡ ਵਾਲੀ ਟਰਾਲੀ ਵੀ ਭਰਨ ਵਾਲੀ ਆ ਉਹ ਦੇਖੋ ਮਸ਼ੀਨ ਦਾ ਆ ਗਿਆ ਆਪਾਂ ਨੂੰ ਨੋਟੀਫਿਕੇਸ਼ਨ ਜਾ ਕਿ 80% ਹੋ ਗਈ ਉਹਨੇ ਹਾਕ ਮਾਰਤੀ ਨਾ ਕਹਿੰਦਾ 80% ਉਹ ਤੇਰੀ ਅੱਗਾ ਚੱਕਦਾ ਇਹ ਨਾਟ ਗੇਰਾਂ ਨਾਟ ਗੇਰਾਂ ਨਾ ਨਾ ਮੇਰਾ ਬਾਈ ਭਰੀ ਟਰਾਲੀ ਨਾ ਪਲਟਾ ਦੀ ਹੌਲੀ 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 ਜਮਾਂ ਪਿਆਰ ਨਾਲ ਜਾਣਾ ਮਿੱਤਰੋ ਆਪਾਂ ਨੂੰ ਕਿਹੜਾ ਕੋਈ ਕਾਹਲੀ ਆ ਆਹ ਨੇੜੇ ਘਰ ਆ ਘਰੇ ਹੀ ਕਣਕ ਲਾਉਣੀ ਆਪਾਂ ਉਹ ਤੇਰੀ ਵਾਹਣ 'ਚ ਉੱਤਰ ਗਿਆ ਬਾਈ ਮੇਰੇ ਤੋਂ ਗਲਤੀ ਨਾਲ ਸਹੁੰ ਲੱਗੇ ਮੈਂ ਜਾਣ ਕੇ ਨਹੀਂ ਤਾਰਿਆ ਬਾਈ ਬਾਈ ਮੇਰਾ ਬਾਈ ਇੱਥੇ ਰੱਖੋ ਬਾਈ ਅੱਜ ਦੇਖਦੇ ਨਾਟ ਗੇਰਾਂ ਚੜ੍ਹਾਉਂਦਾ ਕਿ ਨਹੀਂ 963 ਤੋਂ ਟਰਾਲੀ ਨਹੀਂ ਚੜ੍ਹੀ 963 ਵਾਲੀ ਨਾ 963 ਖੁੱਬਦਾ ਬਾਹਲਾ ਸੀਗਾ ਉਹ ਸਲਿੱਪ ਬਾਹਲੇ ਦਿੰਦਾ ਟਾਇਰ ਇਹਦੇ ਟਾਇਰਾਂ ਦੀ ਗ੍ਰੈਪੀ ਬਾਹਲੀ ਆ ਮਿੱਤਰੋ ਟਾਇਰ ਤਾਂ ਵੇਖੋ ਰੇਡੀਅਲ ਪਾਏ ਵਿਆ ਪੂਰੇ ਸਿਰਾ 500 ਨੰਬਰ ਨਾਲੇ ਆਹ ਦੇਖੋ ਸਲਿੱਪ ਨਹੀਂ ਨਾ ਕੱਢਦਾ ਪਿਆ ਕੋਈ ਥੱਲੇ ਪਰਾਲੀ ਨਹੀਂ ਖਰਾਬ ਕਰਦਾ ਨਹੀਂ ਇਹਨੇ ਪਰਾਲੀ ਖਰਾਬ ਕਰ ਦੇਣੀ ਸੀ ਆਹ ਦੇਖੋ ਸਲਿੱਪ ਨਹੀਂ ਕੱਢਦਾ ਮਤਲਬ ਟਰੈਕਟਰ ਐਂ ਪੂਰਾ ਜ਼ੋਰ ਸਿਰੇ ਵਾਲਾ ਮਾਰਦਾ ਪਿਆ ਇੱਥੋਂ ਜੇ ਚੜ੍ਹਾਵਾਂਗੇ ਇੱਥੋਂ ਜੇ ਨਾ ਐਂ ਪੱਧਰ ਜਿਹਾ ਕੰਮ ਦੇਖਦੇ ਹਾਂ ਕੀ ਬਣਦਾ ਕਹਿੰਦੇ ਪਹਿਲਾ ਹਾਈ ਪਾਇਆ ਵਾ ਇਹ ਪਰਾਂ ਨੂੰ ਮੁੜ ਗਿਆ ਟਰੈਕਟਰ ਚੱਲ 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 ਆ ਇੱਥੇ ਰੱਖ ਬਾਈ ਇਹਨੂੰ ਕਹਿੰਦੇ ਆ ਨਾ ਹਟ ਗਿਆਰਾਂ ਆਏ ਹਾਏ ਹਟ ਆਓ ਵੇ ਅੱਗਾ ਜ਼ਿਆਦਾ ਚੱਕਦਾ ਕੇਰਾ ਹੈ ਨਾ ਇੱਕ ਮਿੰਟ ਦੁਬਾਰਾ ਵੇਖੀ ਐਂ ਇੱਥੇ ਰੱਖ ਜਦੋਂ ਬ੍ਰੇਕ ਦਿੰਦੇ ਨਾ ਉਦੋਂ ਅੱਗਾ ਜਿਹਾ ਚੱਕਦਾ ਮਾੜਾ ਜਿਹਾ ਐਂ ਸਿਰਾ ਹੀ ਲੱਗਦਾ ਇੰਨਾ ਕੁ ਤਾਂ ਕੋਈ ਚੱਕਰ ਨਹੀਂ ਇੰਨਾ ਮੈਨੂੰ ਲੱਗਿਆ ਸੀ ਕਿ ਵੇਟ ਪਾਉਣਾ ਪਊਗਾ ਇਹਦੇ ਮੂਹਰੇ ਪਰ ਆ ਵੇਟ ਪਾਉਣ ਦੀ ਲੋੜ ਨਹੀਂ ਪਈ ਕਿਉਂਕਿ ਟਰੈਕਟਰ ਮੂਹਰੋਂ ਭਾਰਾ ਬੰਪਰ ਬੂੰਪਰ ਲੱਗਾ ਵਾ ਅਤੇ ਇੱਥੇ ਲਾਉਣੀ ਮਿੱਤਰੋ ਆਪਾਂ ਟਰਾਲੀ ਆ ਚੱਕੋ ਹੋ ਜਾਣੀ ਇੱਥੇ ਖਾਲੀ ਆਏ ਹਾਏ ਹਾਏ ਕਿਆ ਬਾਤ ਹੈ ਸਿਰਾ ਬਾਈ ਸਿਰਾ ਦੇਖੋ ਬਾਈ ਮਿੱਤਰੋ ਆਪਣੀ ਕਣਕ ਹੋ ਰਹੀ ਆ ਖਾਲੀ ਅਤੇ ਸਟੋਰ ਹੋ ਜਾਣੀ ਅੰਦਰ ਸਾਈਲੋ ਲੱਗੀ ਵੀ ਇਹਨਾਂ ਦੇ ਵਿੱਚ ਅਤੇ ਇਹਨਾਂ ਵਿੱਚ ਕਣਕ ਕਹਿੰਦੇ ਕੁਛ ਨਹੀਂ ਹੁੰਦਾ ਐਂ ਜਮਾਂ ਪਿਓਰ ਪਈ ਰਹਿੰਦੀ ਆ ਜਦੋਂ ਆਪਾਂ ਵੇਚਣੀ ਹੋਈ ਰੇਟ ਸਹੀ ਮਿਲਦਾ ਹੋਇਆ ਉਦੋਂ ਆਪਾਂ ਭਰਨੀ ਉਹ ਵੱਡੀ ਟਰਾਲੀ 'ਚ ਅਤੇ ਮੈਂ ਕਹਿੰਦਾ ਬਾਈ ਵੱਡੀ ਟਰਾਲੀ ਤਾਂ ਨਹੀਂ ਨਾਟ ਗਿਆ ਨਾ ਕਿਸੇ ਵੀ ਹਾਲਤ 'ਚ ਖਿੱਚਦਾ ਨਾ ਕੋਈ ਹੋਰ ਟਰੈਕਟਰ ਖਿੱਚੇ ਕਿਉਂਕਿ ਉਹ ਬਾਹਲੀ ਡਬਲ ਆ ਮਿੱਤਰੋ ਪਾਵਰ ਹੀ ਬਾਹਲੀ ਹੈ ਅਤੇ ਆਹ ਟਰੈਕਟਰ ਨੂੰ ਕਿਰਾਂ ਲਾ ਦਈਏ ਇੱਥੇ ਹੀ ਅਤੇ ਨਾਟ ਗਿਆਰਾਂ ਬਾਈ ਮੈਂ ਕਹਿੰਦਾ ਸਿਰਾ ਬਾਈ ਸਿਰਾ ਕਰਾ ਗਿਆ ਹੁਣ ਦੇਖਦੇ ਹਾਂ ਹੋਲੈਂਡ ਦਾ ਜ਼ੋਰ ਕਿਉਂਕਿ ਦੂਜੀ ਟਰਾਲੀ ਦੂਜੀ ਮਸ਼ੀਨ ਦਾ ਵੀ ਭਰਨ ਵਾਲਾ ਬੋਕਸ ਆ ਅਤੇ ਟਰਾਲੀ ਫੁੱਲ ਭਰ ਕੇ ਵੇਖਦੇ ਆ ਜ਼ੋਰ ਕਿੰਨਾ ਕੁ ਮਾਰਦੀ ਆ ਮਿੱਤਰੋ ਦੇਖ ਲਓ ਮਸ਼ੀਨ ਫਿਰ ਖੜੀ ਆ ਪਤਾ ਨਹੀਂ ਕਿੱਧਰ ਗਿਆ ਚਲੋ ਕੋਈ ਨਾ ਦੋ ਗੇੜੇ ਰਹਿੰਦੇ ਆ ਜਿਹੜੇ ਇਹ ਮੈਂ ਲਾ ਕੇ ਠੀਕ ਹੈ ਜੀ ਉਦੋਂ ਬਾਅਦ ਉਹ ਮਸ਼ੀਨ ਦੇ ਗੇੜੇ ਮੈਂ ਆਪ ਲਾ ਦਿੰਦਾ ਚੱਲ ਇਸੇ ਮਸ਼ੀਨ ਨਾਲ ਵੱਡੀ ਨਾਲ ਹੀ ਲਾ ਦਾਂਗੇ ਅਤੇ ਹੋਲੈਂਡ 'ਤੇ ਖੜਾ ਉਹ ਉੱਥੇ ਜਾ ਕੇ ਦਾਣੇ ਪਾਏ ਹੁੰਦੇ ਆ ਮੈਂ ਕਹਿੰਦਾ ਮਿੰਟੋ ਮਿੰਟੀ ਕੰਮ ਯਾਰ ਆਪਾਂ ਨਿਬੇੜਨ ਦੀ ਕਰੀਏ ਹੈ ਕਿ ਨਹੀਂ ਵੀਡੀਓ ਵੀ ਬਹੁਤ ਲੰਮੀ ਹੋਈ ਜਾਂਦੀ ਆ ਮਿੱਤਰੋ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਲਾਈਕ ਪਲੀਜ਼ ਲਾਈਕ ਕਰੋ ਵੀਡੀਓ ਨੂੰ ਅਤੇ ਮਾੜਾ ਖਿੱਚ ਕੇ ਸਪੋਰਟ ਦਿਖਾਇਆ ਕਰੋ ਯਾਰ ਜਿਹੜਾ ਮਿੱਤਰੋ ਇੱਕ ਅੱਧਾ ਗੇੜਾ ਰਹਿੰਦਾ ਲਾਉਣ ਵਾਲਾ ਉਹ ਮੈਂ ਵੱਡੀ ਮਸ਼ੀਨ ਨਾਲ ਲਾ ਦੇਣਾ ਆਹ ਵਾਂ 'ਚ ਤੂੜੀ ਬਣਾਵਾਂਗੇ ਆਏ ਹਾਏ 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 ਨਜ਼ਾਰਾ ਹੀ ਆਜੂ ਮਿੱਤਰੋ ਮੈਂ ਕਹਿੰਦਾ ਦਿਲ ਖੁਸ਼ ਹੋ ਜਾਣਾ ਅਤੇ ਆਹ ਟਰਾਲਾ ਵੀ ਵੱਡਾ ਵਾ ਚੱਲ ਬਾਈ ਹੋ ਜਾ ਵਿਹਲਾ ਚਲੋ ਆਪਾਂ ਲਾਉਂਦੇ ਹਾਂ ਗੇੜਾ ਉਹਨਾਂ ਟਾਈਮ ਸਟਾਰਟ ਖੜਾ ਰਹਿੰਦੀ ਗੇਅਰ ਲੱਗਾ ਰਹਿੰਦੀ ਕੋਈ ਚੱਕਰ ਨਹੀਂ ਉਨੇ ਟਾਈਮ ਤਾਂ ਆਪਾਂ ਗੇੜਾ ਲਾ ਕੇ ਮੁੜਿਆਉਣਾ ਦੇਖੋ ਮਿੱਤਰੋ ਮੈਂ ਕਹਿੰਦਾ ਜਮਾਂ ਸਹੀ ਗੇੜਾ ਜਿਹੜਾ ਕਹਿ ਸਕਦੇ ਆਪਾਂ ਉਹ ਵਾਲਾ ਲੱਗਦਾ ਪਿਆ ਪਰਾਲੀ ਦੀ ਪਰਾਲੀ ਡਿੱਗੀ ਜਾਂਦੀ ਆ ਡਬਲ ਹੋਈ ਜਾਂਦਾ ਲਾਂਘਾ ਇੱਥੇ ਵੇਖੋ ਕਲੱਚ ਲੈਂਦਾ ਟਰੈਕਟਰ ਹੈ ਛੱਡ ਛੱਡ ਕੇ ਨੱਪ ਨੱਪ ਕੇ ਛੱਡਣਾ ਪੈਣਾ ਉਹ ਪਰਲਾ ਵਾਹਣ ਤਾਂ ਖਰਾਬ ਆ ਯਾਰ ਉੱਥੇ ਤਾਂ ਨਾ ਮੈਂ ਕਹਿੰਦਾ ਜੇ ਉਹੀ ਬਸ ਟਰੈਕਟਰ ਦਾ ਜ਼ੋਰ ਚੈੱਕ ਕਰਨਾ ਹੋਇਆ
ਉਹ ਵਾੜ ਲਾਂਗੇ, ਨਹੀਂ ਕੰਮ ਔਖਾ ਹੈ। ਉਸਦਾ ਟਰੈਕਟਰ ਦੁਬਾਰਾ ਖੁੱਬਣਗੇ ਤੂੜੀ ਵਾਲੀ ਮਸ਼ੀਨ ਦੇ ਨਾਲ। ਆਹ ਗੇੜਾ ਘੈਂਟ ਆਇਆ ਇਹਦੇ ਵਿੱਚ, ਇਹਦੇ 'ਚ ਤੂੜੀ ਤਾੜੀ ਬਣਾਉਣ ਦਾ ਨਜ਼ਾਰਾ ਵੱਖਰਾ ਹੋਊਗਾ। ਫੋਲਣ ਦਾ ਮੈਂ ਗੇੜੇ ਤਾਂ ਨਹੀਂ ਦਿੰਦਾ ਕਿਉਂਕਿ ਜਿੱਥੇ ਟਰੈਕਟਰ ਦਾ ਸਲਿੱਪ ਵੱਜ ਜਾਂਦਾ ਉੱਥੋਂ ਸਾਰਾ ਲਾਂਘਾ ਖਰਾਬ ਹੋ ਜਾਂਦਾ, ਮਿੱਟੀ ਪੱਟੀ ਜਾਂਦੀ ਆ, ਟੋਏ ਪੈ ਜਾਂਦੇ ਆ। ਇੱਥੋਂ ਚੜੂ ਮਿੱਤਰੋ, ਆਹ ਥਾਂ ਦੇਖੋ, ਆਹ ਦੇਖੋ, ਇੱਧਰੋਂ ਚੜਾਉਣਾ ਪੈਣਾ ਆਪਾਂ ਨੂੰ ਹੋਲਣ ਨੂੰ, ਅਤੇ ਦੇਖਦੇ ਹਾਂ ਟਰਾਲੀ ਇੱਧਰ ਨੂੰ ਤਾਂ ਲਿਆਉਣਾ ਪਊਗਾ। ਫਿਰ ਉਹ ਉੱਥੋਂ ਪਰਾਂ ਚੜ੍ਹਨਾ ਨਹੀਂ ਗਾ ਯਾਰ, ਉੱਥੋਂ ਫਿਰ ਥੱਲੇ ਲੱਗੂਗੀ ਟਰਾਲੀ, ਉਸ ਕਰਕੇ ਮੇਰੇ ਹਿਸਾਬ ਨਾਲ ਟਰਾਲੀ ਹੋਊਗੀ ਫੁੱਲ ਭਰ ਲਈ। ਮਸ਼ੀਨ ਦੇ ਵਿੱਚ ਵੀ ਪਈ ਆ ਕਣਕ ਥੋੜ੍ਹੀ, ਚਲੋ ਦੇਖਦੇ ਹਾਂ ਜੇ ਇਹਦੀ ਪਏਗੀ ਤਾਂ ਠੀਕ ਹੈ, ਨਹੀਂ ਬਸ ਠੀਕ ਹੈ ਰੱਬ ਦਾ ਨਾਮ ਆ। ਬਾਕੀ ਜਾ ਕੇ ਮਸ਼ੀਨ ਉੱਥੇ ਘਰ ਜਾ ਕੇ ਆਪਾਂ ਟਰਾਲੀ ਖੜ੍ਹੀ ਆ ਉਹਦੇ 'ਚ ਪਾ ਦਾਂਗੇ। ਨਹੀਂ ਮਿੱਤਰੋ ਟਰਾਲੀ ਆ ਫੁੱਲ ਅਤੇ ਕਰ ਦਈਏ ਆਪਾਂ ਬੰਦ, ਕਿਉਂਕਿ ਪਰਲੀ ਮਸ਼ੀਨ ਦੇ ਵਿੱਚ ਵੀ ਦਾਣੇ ਪਏ ਆ, ਉਹਦੇ ਵੀ ਨਹੀਂ ਪਾਏ ਆਪਾਂ, ਦੇਖੋ। ਚਲੋ ਇਹਨੂੰ ਵੀ ਕਰ ਦਈਏ ਬੰਦ ਅਤੇ ਹੁਣ ਮਾਰੀਏ ਹੋਲੈਂਡ ਦੀ ਸੈਲਫ ਅਤੇ ਲੱਗੂ ਪਤਾ ਹੋਲੈਂਡ ਦਾ ਥੋੜ੍ਹਾ ਜਿਹਾ ਬੈਠਾ ਜਿਹਾ ਪਿਆ ਮਿੱਤਰੋ ਥੱਲੇ। ਬਾਈ ਵਾਹਿਗੁਰੂ ਬਾਈ ਪੁੱਲ ਚੁੱਕ, ਮਾਫ਼ ਕਰ ਬਾਈ, ਜਾਣ ਦੇ ਬਸ ਮਾੜਾ ਜਿਹਾ। ਉਹ ਬੱਲੇ 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 ਬੱਲੇ, ਮਾੜਾ ਗੇਅਰ ਛੋਟਾ ਕਰਕੇ ਜਾਣ ਦੀਏ। ਐ ਤੇਰੀ ਮਿੱਤਰੋ ਸਿਰਾ ਹੀ ਕਰਾਇਆ ਪਿਆ ਹੋਲੈਂਡ ਵਾਲਾ ਵੀ। ਬਹੁਤ ਬਹੁਤ ਧੰਨਵਾਦ ਐਚ ਆਰ ਤੇ ਗੇਮਿੰਗ ਅਤੇ ਆਪਣੇ ਧਾਲੀਵਾਲ ਸਾਹਿਬ ਦਾ ਦੋਨੇ ਬਾਈ। ਮੈਂ ਕਹਿੰਦਾ ਬਾਈ ਸਿਰਾ ਦੇ ਟਰੈਕਟਰ ਬਣਾਉਂਦੇ ਆ, ਆਹ ਦੇਖੋ ਟਾਇਰ ਜਮਾਂ ਥੱਲੇ ਖੁੱਬੇ ਹੋਏ ਆ, ਫਿਰ ਵੀ ਤੁਰਿਆ ਆਉਂਦਾ ਨਾ। ਇਹ ਗੱਲਬਾਤ ਪੂਰੀ ਐਂਡ ਆ ਬਾਈ, ਦੋਨੇ ਬਾਈ ਐਂਡ ਕਰਾਉਂਦੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ, ਅਤੇ ਜਾ ਕੇ ਚੈਨਲ ਜ਼ਰੂਰ ਚੈੱਕਆਊਟ ਕਰਿਓ ਦੋਨਾਂ ਦਾ। ਮੈਂ ਕਹਿੰਦਾ ਆਪਣੇ ਨਾਲੋਂ ਵੀ ਦੁੱਗਣੀਆਂ ਸਿਰਾ ਵੀਡੀਓ ਹੁੰਦਾ ਇਹਨਾਂ ਦੇ ਚੈਨਲ 'ਤੇ। ਦੇਖੋ ਮਿੱਤਰੋ ਆਉਂਦਾ ਹੋਲੈਂਡ, ਕਹਿੰਦੇ ਬੁੱਕ ਦਾ ਹੀ ਆਉਂਦਾ, ਬੁੱਕ ਦਾ ਹੀ ਕਹਿ ਸਕਦੇ ਹਾਂ ਮਿੱਤਰੋ, ਦੂਜੇ ਮੀਡੀਅਮ ਦੇ ਵਿੱਚ ਤੁਰਿਆ ਆਉਂਦਾ। ਗੱਲਬਾਤ ਪੂਰੀ ਬਣੀ ਪਈ ਹੈ, ਸਪੈਸ਼ਲ ਐਡੀਸ਼ਨ 36 ਦੀ ਮਾੜੀ ਮੋਟੀ ਗੱਲ ਥੋੜ੍ਹਾ, 9.5 ਲੱਖ ਰੁਪਇਆ ਕਿਸੇ ਗੱਲੋਂ ਹੀ ਲੈਂਦੇ ਆ ਬਾਈ। ਇਹ ਤੇਰੀ ਅੱਗਾ ਚੱਕਦਾ ਹੈ ਉਹ ਬੱਲੇ 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 ਬੱਲੇ, ਇੱਥੇ ਪਤਾ ਲੱਗੂ, ਇੱਥੇ ਪਤਾ ਲੱਗੂ। ਚੱਲ ਆਏ ਪਰਾਂ ਨੂੰ ਨਾ ਮੋੜ, ਮਾੜਾ ਜਾਂਦਰ ਨੂੰ ਮੋੜ ਕੇ ਤੇਰੀ ਉਹ ਸਾਹਮਣੇ ਮੀਟਰ ਜਿਹਾ ਮਿੱਤਰੋ, ਇੱਕ ਤਾਂ ਥੋੜ੍ਹਾ ਜਿਹਾ ਥੋੜ੍ਹੀ ਕਟਾਈ ਬਚਾ ਕੇ ਕਰਨੀ ਪੈਣੀ ਆਪਾਂ ਨੂੰ। ਮਿੱਤਰੋ ਬੈਕ ਨਹੀਂ ਜਾਂਦਾ ਪਿਆ, ਹਾਏ ਓਏ ਬਾਈ, ਬੈਕ 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 ਪਲੀਜ਼, ਪਿੱਛੇ ਨੂੰ ਕਰਦੇ ਹਾਂ, ਪਿੱਛੇ ਕੁਛ ਲੱਗੀ ਹੈ ਨਾ। ਚਲੋ ਇੱਧਰ ਨੂੰ ਮੋੜ ਕੇ ਦੇਖਦੇ ਹਾਂ ਥੋੜ੍ਹਾ ਜਿਹਾ, ਮੁੜ ਗਿਆ। ਉਹ ਤੇਰੀ ਉਹ ਬਾਈ ਓਏ, ਉਹ ਬੱਲੇ 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 ਬੱਲੇ, ਟਰਾਲੀ ਲੱਗ ਗਈ ਮਿੱਤਰੋ। ਮੈਨੂੰ ਲੱਗਦਾ ਨਾ ਮਿੱਤਰੋ ਇੱਧਰਲੇ ਵਾਹਨ 'ਚ ਤਾਰ ਕੇ ਆਪਾਂ ਨੂੰ ਇੱਥੇ ਹੀ ਬੈਕ ਕਰਨੀ ਪੈਣੀ ਆ, ਉਹ ਥੱਲੋਂ ਹੀ ਮੋੜ ਲਿਆਉਂਦੇ ਹਾਂ। ਹੋਲੈਂਡ ਕਿਹੜਾ ਖੁੱਬਰ ਲੱਗਾ ਯਾਰ, ਉਰਾਂ ਉਰਾਂ ਤਾਂ ਆਪਾਂ ਮੋੜਨਾ ਵਾ। ਉਹ ਤੇਰੀ ਹੋਲੈਂਡ ਅੱਗਾ ਚੱਕਦਾ, ਓਏ 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 ਓਏ, ਬਹਿਣ ਲੱਗ ਗਿਆ ਟਰੈਕਟਰ, ਨਾ 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 ਮੇਰਾ ਮਿੱਠੀ ਬਾਈ, ਗਾਰੇ ਬੰਨੀ ਨਹੀਂ ਲਿਜਾਣਾ ਬਾਈ, ਮੈਂ ਸੱਚੀ ਨਹੀਂ ਘਬਾਉਣਾ ਚਾਹੁੰਦਾ ਇਹਨੂੰ। ਚੱਲ 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 ਚੱਲ, ਬੈਕ 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 ਬੈਕ, ਇੱਥੇ ਹੀ ਬੈਕ ਕਰ ਲਈਏ ਮਿੱਤਰੋ। ਚੱਲ 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 ਚੱਲ, ਓਏ ਓਏ ਓਏ, ਨਾ ਨਾ ਮਿੱਠੀਏ, ਆਏ ਹਾਏ, ਉੱਤੋਂ ਆਵਾਜ਼ ਯਾਰ, ਮੈਂ ਬੋਲਦਾ ਨਹੀਂ ਕੋਈ, ਤੁਸੀਂ ਆਵਾਜ਼ ਸੁਣੋ ਯਾਰ ਬਸ, ਆਏ ਹਾਏ। ਬਾਈ ਬੈਕ ਕਰਨਾ ਹੀ ਪੈਣਾ, ਥੋੜ੍ਹਾ ਜਿਹਾ ਬੈਕ ਕਰਨਾ ਪੈਣਾ, ਕਿਉਂਕਿ ਨਾ ਇੱਧਰੋਂ ਲੱਗੀ ਜਾਂਦਾ ਅੜੋਕਣ ਜਿਹਾ, ਥੋੜ੍ਹਾ ਜਿਹਾ ਬੈਕ, ਥੋੜ੍ਹਾ ਜਿਹਾ ਗਾਹਣ ਹੋਰ। ਚੱਲ 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 ਚੱਲ, ਆਏ ਹਾਏ 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 ਹਾਏ, ਸਿਰਾ ਹੋਇਆ ਪਿਆ ਕਹਿੰਦੇ ਮਾਹੌਲ ਮਿੱਤਰੋ, ਜਮਾਂ ਥੋੜ੍ਹਾ ਜਿਹਾ ਘੁਮਾ ਕੇ। ਉਹ ਬਾਈ ਆਹ ਕਿਵੇਂ ਘੁੰਮਿਆ, ਏ ਇੱਧਰ ਨੂੰ ਕਰਕੇ ਚੜ੍ਹਾਈਏ, ਫਿਰ ਉਹ ਖੰਭਾ ਜਾ ਗਿਆ ਵਿੱਚ। ਆਹ ਯਾਰ ਮਿੱਤਰੋ ਨਾ ਸੌਂ ਲੱਗੇ, ਵਿੱਚ ਸਰਕਾਰੀ ਖੰਭਾ ਲੱਗਾਣਾ ਜਿਹੜਾ ਇਹਦੇ 'ਚ ਮਿੱਤਰੋ ਟ੍ਰਾਂਸਫਾਰਮ ਆ, ਇਹ 'ਚ ਚੋਰੀ ਵੀ ਨਹੀਂ ਹੁੰਦਾ, ਅਤੇ ਉਹ ਚੀਜ਼ ਕੰਮ ਖਰਾਬ ਕਰੀ ਜਾਂਦੀ। ਆਹ ਦੇਖੋ ਫਰਸ਼ 'ਤੇ ਸਲਿੱਪ ਮਾਰੀ ਜਾਂਦਾ ਯਾਰ, ਗ੍ਰੈਪੀ ਨਹੀਂ ਬਣਦੀ ਪਈ ਇੱਥੇ। ਇੱਕ ਮਿੰਟ, ਦੁਬਾਰਾ ਵੇਖਣ ਨੂੰ, ਬੈਕ ਤਾਂ ਪਿੱਛੇ ਨੂੰ ਭੱਜਿਆ ਜਾਂਦਾ। ਚੱਲ 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 ਚੱਲ, ਹਾਏ ਓਏ, ਸਵਾਦ ਜਿਹੜਾ ਆਉਂਦਾ ਨਾ ਉੱਥੇ ਹੀ ਖਰਾਬ ਹੋ ਜਾਂਦਾ। ਚੱਲ ਮੈਨੂੰ ਲੱਗਦਾ ਮਿੱਤਰੋ ਇਸ ਵਾਰੀ ਨਿਕਲ ਜੂ ਇਸ ਵਾਰੀ ਨਿਕਲ ਜੂ। ਓ ਚੜ੍ਹ ਗਿਆ ਟਾਇਰ, ਚੜ੍ਹ ਗਿਆ ਟਰਾਲੀ ਦਾ ਟਾਇਰ ਚੜ੍ਹ ਗਿਆ ਆਏ ਦਾ। ਓਏ ਓਏ, ਖਾਲੇ 'ਚ ਬਾਈ, ਖਾਲੇ 'ਚ ਖਾਲੇ, ਕੋਈ ਚੱਕਰ ਨਹੀਂ
ਕੋਈ ਚੱਕਰ ਨਹੀਂ, ਖਾਲਾ ਦਾ ਟੱਪ ਜੂ ਬਈ, ਖਾਲੇ 'ਚੋਂ ਕੱਢ ਲਿਆ ਟਰਾਲੀ ਨੂੰ ਬਈ ਓਏ, ਉੱਥੇ ਅੜੀ ਜਾਂਦਾ ਜੀ, ਇੱਥੇ ਕੱਢ ਲਿਆ, ਚਲੋ ਹੁਣ ਵਾਹਣੋ ਵਾਹਣੀ ਜਾਣ ਤੇ ਕਹਿੰਦੇ ਉੱਤੇ ਉਰੀ। ਉਹ ਬੱਲੇ 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 ਕਿਆ ਅੱਗਾ ਚੱਕਦਾ ਮਿੱਤਰੋ, ਔਖਾ ਹੀ ਜਾਊਗਾ ਅੱਜ ਤਾਂ ਘਰੇ, ਨਹੀਂ ਬਈ ਅੱਜ ਤਾਂ ਔਖਾ ਹੀ ਜਾਊਗਾ ਬਈ, ਖੁੱਭ ਗਿਆ ਬਾਈ, ਹੁਣ ਖੁੱਭ ਗਿਆ, ਹੁਣ ਪਿੱਛੇ ਵੀ ਨਹੀਂ ਕਰ ਸਕਦੇ ਕਿਉਂਕਿ ਪਿੱਛੇ ਵੱਟ ਆ, ਕਿੰਨਾ ਕੁ ਜਾਊ ਪਿੱਛੇ ਪਿੱਛੇ, ਨਹੀਂ ਗਿਆ ਮਿੱਤਰੋ ਗਿਆ, ਆਹ ਵਾਹਣ 'ਚ ਨਹੀਂ ਵਾੜਨਾ ਸੀ ਯਾਰ, ਆਹ ਮੈਂ ਬ੍ਰੇਕ ਲਾ ਲੈਣੇ ਸੀਗੇ ਯਾਰ, ਆਹ ਮਿੱਤਰੋ ਗਲਤੀ ਕਰ ਲਈ ਥੋੜ੍ਹੀ ਜਿਹੀ, ਚਲੋ ਕੋਈ ਨਾ, ਐਂ ਕਰਦੇ ਹਾਂ ਟਰਾਲੀ ਕੱਢਦੇ ਹਾਂ, ਅਤੇ ਟਰਾਲੀ ਕੱਢ ਕੇ ਟਰੈਕਟਰ ਇਕੱਲਾ, ਆਓ ਵੇਖੋ ਜਾਂਦਾ, ਕਹਿੰਦੇ ਅੱਸੀ ਪਲਾਸਾ ਮਿੱਤਰੋ, ਇਹ ਇੱਕ ਵਾਰੀ ਦੁਬਾਰਾ ਤੁਹਾਨੂੰ ਦਿਖਾਉਣਾ, ਐਂ ਦਾ ਪਿਕਅਪ ਬਹੁਤ ਆ ਟਰੈਕਟਰ ਦਾ ਮਿੱਤਰੋ, ਤਾਂ ਹੀ ਤਾਂ ਬਾਹਲੇ ਸਲਿੱਪ ਕੱਢਦਾ, ਟਰੈਕਟਰ ਦੂਜਾ ਲਿਆਉਂਦਾ ਕੋਈ ਹੋਰ ਯਾਰ ਮਿੱਤਰੋ। ਸੋ ਅੱਜ ਇਹਦਾ ਨਾਟਗਰਾਂ ਨਾਲ ਕੰਪੈਰੀਜ਼ਨ ਹੋ ਰਿਹਾ, ਇਸੇ ਕਰਕੇ ਫਿਰ ਆਪਾਂ ਨਾਟਗਰਾਂ ਹੀ ਲਿਆਉਂਦੇ ਹਾਂ ਨਾਟਗਰਾਂ, ਕਿਉਂਕਿ ਉੱਥੋਂ ਟਰਾਲੀ ਇਹਦੀ ਨਿਕਲੀ ਨਹੀਂ, ਇਕੱਲਾ ਟਰੈਕਟਰ ਕੱਢ ਕੇ ਲਿਆਉਣਾ ਪਿਆ ਆਪਾਂ ਨੂੰ, ਇੱਕ ਨਾਟਗਰਾਂ ਦੇਖਦੇ ਹਾਂ, ਹੋਲਨ ਮਾੜਾ ਨਹੀਂ ਪਰ ਬਈ ਉੱਥੇ ਹੁਣ ਟਾਇਰ ਇਹਦੇ ਨਾਟਗਰਾਂ ਦੇ ਥੋੜ੍ਹੇ ਜਿਹੇ ਵੱਖਰੇ ਆ ਨਾ, ਸੋ ਨਾਟਗਰਾਂ ਦੇਖਦੇ ਹਾਂ। ਆਹ ਟਰਾਲੀ ਛੋਟੀ ਸੀ ਉਹਦੇ ਉਸ ਟਰਾਲੀ ਨਾਲੋਂ, ਸੋ ਉਹ ਲੰਮੀ ਆ ਟਰਾਲੀ, ਦੇਖਦੇ ਹਾਂ ਉਹਨੂੰ ਕੱਢਦਾ ਕਿ ਨਹੀਂ। ਬਾਕੀ ਮਿੱਤਰੋ ਜੇ ਨਾਟਗਰਾਂ ਦੇ ਪਿਕਅਪ ਦੀ ਗੱਲ ਕਰਨੀ ਆ, ਨਾਟਗਰਾਂ ਦਾ ਪਿਕਅਪ ਵੀ ਚੈੱਕ ਕਰੋ, ਬੱਲੇ ਕਿਆ ਬਾਤ, ਐਵੇਂ ਨਹੀਂ ਸਪੈਂਡਲ ਵਿੰਗੇ ਕੀਤੇ, ਦੇਖੋ ਭੱਜਦਾ ਭੁੱਜਦਾ ਤਾਂ ਮਿੱਤਰੋ ਬਸ 50 ਕੁ ਦੇ ਹੀ ਆ, ਕਿਉਂਕਿ ਰੇਸ ਰੂਸ ਨਹੀਂ ਨਾ ਬਾਹਲੀ ਖੁੱਲ੍ਹੀ ਗਈ, ਸਾਰੇ 2,500 ਦਾ RPM ਜਾਂਦੇ ਆ ਮਿੱਤਰੋ, ਭਾਵੇਂ ਤੁਸੀਂ ਵੇਖ ਸਕਦੇ ਹੋ RPM ਵਾਲਾ ਮੀਟਰ ਮਿੱਤਰੋ ਥੱਲੇ ਹੁੰਦਾ, ਮੇਰੀ ਫੋਟੋ 'ਤੇ ਜਮ੍ਹਾਂ ਥੱਲੇ RPM ਵਾਲਾ ਮੀਟਰ, ਗੇਅਰ ਵੀ ਉੱਥੇ ਲਿਖੇ ਆਉਂਦੇ ਆ, ਠੀਕ ਹੈ ਜੀ, ਟਰਾਲੀ ਕਿੰਨੀ ਭਰ ਗਈ ਉਹ ਵੀ, ਅਤੇ ਹੋਰ ਵੀ ਕਈ ਚੀਜ਼ਾਂ। ਲਓ ਵੀ ਮਿੱਤਰੋ ਟਰਾਲੀ ਪਾ ਕੇ ਦੇਖਦੇ ਹਾਂ, ਨਾਟ ਕਹਿਣਾ ਅੱਗਾ ਚੱਕੂ ਵੱਧ ਯਾਰ, ਮੈਨੂੰ ਇੱਦਾਂ ਲੱਗਦਾ। ਹਾਏ ਓਏ ਨਾਟ ਕਹਿਣਾ ਕਹਿੰਦਾ ਖੁੱਬੀ ਟਰਾਲੀ ਨੂੰ ਮੈਂ ਕੀ ਕਰਾਂ, ਚਲੋ ਬੈਕ ਕਰਕੇ ਦੇਖਦੇ ਹਾਂ। ਉਹ ਤੇਰੀ ਓਏ 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 ਓਏ, ਮੇਰੇ ਹਿਸਾਬ ਨਾਲ ਨਾਟ ਕਹਿਣਾ ਦੀ ਵੀ ਬਸ, ਨਹੀਂ 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 ਉਹ ਹਾਰਦਾ ਹਲੇ ਤਾਂ, ਜੱਟ ਪੂਰਾ ਕਿਵੇਂ ਹੈ, ਨਹੀਂ ਉਹ ਹਾਰਦਾ, ਇੱਥੇ ਰੱਖ ਬੱਲੇ ਨਾਟ ਕਹਿਣਾ, ਬੱਲੇ ਨਾਟ ਗਿਆਰਾਂ ਨਾਟ ਗਿਆਰਾਂ ਨਾਟ ਗਿਆਰਾਂ ਕਹੀ ਚੱਲੋ ਬਸ ਕਮੈਂਟਾਂ 'ਚ ਵੀ। ਆਏ ਹਾਏ 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 ਕਿਆ ਵਾਰ ਆ ਮਿੱਤਰੋ, ਦੇਖੋ ਜ਼ੋਰ ਮਾਰਦਾ, ਆਪਾਂ ਫੁੱਲ ਰੇਸ ਕਰਕੇ ਆਪਾਂ ਤਾਂ ਆਹ ਹੱਥ ਵਾਲੀ ਮਰੋੜ ਕੇ ਬਹਿ ਗਏ, ਜਾਂਦਾ ਵੇਖੋ ਬਈ ਤੁਸੀਂ ਮਿੱਤਰੋ, ਕਿਆ ਵਾਰ ਆ ਯਾਰ, ਕਿਆ ਵਾਰ ਆ ਬਈ, ਸਿਰਾ ਯਾਰ ਉੱਡਦਾ ਹੀ ਜਾਂਦਾ ਬਈ, ਨਾਟ ਗਿਆਰਾਂ ਤਾਂ ਫਿਰ ਸਿਰਾਉਣਾ ਯਾਰ, ਇਹ ਤੇਰੀ ਕਦੇ ਆਉਣ ਜ਼ੋਰ ਮਾਰਦਾ, ਆਇਆ ਪਾਸੇ ਮਾਰ ਮਾਰ ਲੈ ਜਾਂਦਾ ਵਾ, ਕਹਿੰਦਾ ਪਾਸੇ ਹੋ ਜੇ ਟੱਪਦਾ ਹੀ ਆਉਂਦਾ। ਇਹ ਮਿੱਤਰੋ ਆਉਂਦਾ ਪਿਆ ਪਹਿਲੇ ਲੋਅ ਦੇ ਵਿੱਚ, ਦੂਜਾ ਲੋਅ ਕਰਕੇ ਦੇਖਦਾ, ਇਹ ਦੂਜਾ ਲੋਅ ਕਰਤਾ ਬਈ, ਦੂਜੇ ਲੋਅ 'ਚ ਵੀ ਆਉਂਦਾ ਬਈ, ਦੂਜੇ ਲੋਅ 'ਚ ਵੀ ਆਉਂਦਾ, ਪਰ ਪਹਿਲੇ ਲੋਅ 'ਚ ਜ਼ੋਰ ਵੱਧ ਮਾਰਦਾ ਪਿਆ, ਫਿਰ ਤਾਂ ਕਰਕੇ ਪਹਿਲਾਂ ਲੋਅ ਹੀ ਰੱਖਣਾ ਪੈ ਰਿਹਾ, ਹੌਲੀ ਹੌਲੀ ਕਰਕੇ ਪਹੁੰਚੂਗਾ। ਅਤੇ ਉਹਨਾਂ ਟਾਈਮ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ, ਵੀਡੀਓ ਲਾਈਕ ਕਰ ਦਿਉ, ਅਤੇ ਜਾ ਕੇ HR23 Gaming ਐਂਡ ਧਾਲੀਵਾਲ ਗੇਮਿੰਗ ਦੋਨਾਂ ਜਾ ਟਾਈਮ ਦਾ ਚੈਨਲ ਜ਼ਰੂਰ ਚੈੱਕਆਊਟ ਕਰਿਓ। ਜੇ ਤੁਸੀਂ ਵੀਡੀਓ ਦੇ ਇੱਥੋਂ ਤੱਕ ਆ ਗਏ, ਇੰਨੀ ਵੀਡੀਓ ਦੇਖ ਰਹੇ ਹੋ ਤਾਂ ਬਾਈ ਬਹੁਤ ਬਹੁਤ ਧੰਨਵਾਦ ਯਾਰ, ਸਾਰੀ ਵੀਡੀਓ ਦੇਖਣ ਦੇ ਲਈ, ਬਸ ਥੋੜ੍ਹੀ ਰਹਿ ਗਈ, ਇਹਨੂੰ ਆਪਾਂ ਟਰਾਲੀ ਨੂੰ ਵਿਹਲਾ ਕਰਨਾ, ਫਿਰ ਵੈਲਕਮ ਬਾਏ ਬਾਏ। ਲਓ ਵੀ ਮਿੱਤਰੋ ਹੁਣ ਨਾਟਗਰਾਂ ਦਾ ਪਤਾ ਲੱਗੂ, ਇੱਥੋਂ ਦੁਬਾਰਾ ਕਹਿੰਦੇ ਆਹ ਟਰਾਲੀ ਲੱਗ ਜਾਂਦੀ ਹੈ ਥੱਲੇ, ਉੱਤੋਂ ਚੱਕਦਾ ਅੱਗਾ, ਜਦੋਂ ਟਰੈਕਟਰ ਅੱਗਾ ਚੱਕਦਾ ਉਦੋਂ ਲੱਗਦੀ ਟਰਾਲੀ ਥੱਲੇ, ਅੱਗੇ ਇਹਨੇ ਅੱਗਾ ਨਹੀਂ ਚੱਕਿਆ ਸੀ, ਹੁਣ ਦੇਖਦੇ ਹਾਂ ਥੋੜ੍ਹਾ ਜਿਹਾ ਪਰੋਂ ਚੜਾਉਣੀ ਸੀ ਟਰਾਲੀ, ਕਿਉਂਕਿ ਹੁਣ ਟਰੈਕਟਰ ਦਾ ਮੂੰਹ ਹੀ ਨਹੀਂ ਥੱਲੇ ਲੱਗਦਾ ਪਿਆ, ਮੁੜਦਾ ਹੀ ਨਹੀਂ ਪਿਆ ਗਾ, ਸੋ ਇੱਥੋਂ ਹੀ। ਹਾਏ 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 ਮਾਰ ਜ਼ੋਰ ਪੂਰਾ ਮੇਰਿਆ ਜਾਲਵਾ ਮੇਰਿਆ ਯਾਰਾ, ਚੱਲ ਚੱਲ ਓ ਤੇਰੀ, ਇਹ ਇਹ ਉਹ ਤੇਰੀ, ਖਿੱਚੂ ਖਿੱਚੂ, ਉਹ ਨਾਟਕਰਾਂ ਦਾ ਟਾਇਰ ਚੱਕੀ ਦਾ ਬਾਈ, ਨਹੀਂ ਯਾਰ ਨਹੀਂ, ਔਖਾ ਯਾਰ ਔਖਾ ਔਖਾ ਬਾਈ ਔਖਾ, ਇੰਨਾ ਇੰਨਾ ਧੱਕਾ ਨਹੀਂ ਯਾਰ, ਐਂ ਵਿਚਾਰਾ ਗਰੀਬ ਜਿਹਾ ਯਾਰ ਵਿਚਾਰਾ ਯਾਰ, ਨਾ ਨਾ। ਚਲੋ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ, ਇਹਨੂੰ ਤਾਂ ਮੈਂ ਕੱਢ ਹੀ ਲੈਣਾ ਵੱਡੇ ਟਰੈਕਟਰ ਦੇ ਨਾਲ, ਮਿਲਦਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਓ ਮੇਰੇ ਬਾਈ, ਬਾਏ। ਮੁੰਡੇ ਸਿਰ ਨਹੀਂ ਝੁਕਾਉਂਦੇ ਮਾਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ, ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰਦਾਣਾ।
ਨੇ ਕਹਿਲੀ ਮੁੰਡਾ ਪੱਟਿਆ ਰੱਗਾਂ ਨੇ ਤੇਰੀ ਡੋਜ਼ ਪੈਨ ਦਾ ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਕੋਲਦਾ।